ਬਹੁਤ ਵੱਡਾ ਧੰਨਵਾਦ ਸਾਡੇ ਵੀਰਾਂ ਦਾ ਹਰਗੀ ਜੋਧਪੁਰੀ ਨੂੰ ਸੈਮੀ ਮੈਚ ਬਾਰੇ ਕਹਿੰਦੇ ਮੇਰੇ ਮਿੱਤਰ ਕੱਪ ਸਾਡੇ ਵੀਰਾਂ ਨੇ ਕਰਵਾਇਆ ਸੋਡੂ ਇਸ ਸਾਈਡ ਹੀ ਆ ਜਾਏਗਾ ਹਾਫ ਟਾਈਮ ਕੇ ਬਾਅਦ ਬਾਈ ਸੋਡੂ ਇਸ ਸਾਈਡ ਹੀ ਆ ਜਾਏਗਾ ਜੀ ਸੰਗਤ ਬੈਠੀ ਹੈ ਕਿ ਤਾੜੀ ਮਾਰੀਏ ਬਾਈ ਵੜ ਕੇ ਆਪਾਂ ਸੋਡੂ ਫਾਈਨਲ ਮੈਚ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਜਿਹੜੇ ਧੰਨਵਾਦ ਧੰਨਵਾਦ ਜਗਜੀਤ ਵੀਰੇ ਬਹੁਤ ਧੰਨਵਾਦ ਜੀ ਸ਼ੇਰੂ ਜੋਧਪੁਰੀ ਤੋਂ ਹਰ ਗਿਆ ਸ਼ੇਰੂ ਵੀਰੇ ਸੋਡੂ ਨੇ ਹਾਫ ਟਾਈਮ ਤੋਂ ਬਾਅਦ ਇੱਧਰ ਹੀ ਆ ਜਾਣਾ ਬਾਈ ਬੜੀ ਸਾਈਡ ਹੈ ਤੇ ਮੈਨੂੰ ਲੱਗਦਾ ਵੀ ਟੀਮ ਜਿਹੜੀ ਕੋਚ ਫੈਟਾ ਚ ਜੋਧਪੁਰੀਆ ਕੋਚ ਫੈਟਾ ਕੋਚ ਆਓ ਕੋਚ ਕਹਿੰਦੀ ਆ ਤੇ ਪਹਿਲੀ ਧੱਪੜ ਪਾਤਾ ਜਿਸ ਨੇ ਆਓ ਦੁਨੀਆ ਦੇ ਵਿੱਚ ਚਰਚੇ ਕਰਵਾ ਦਿੱਤੇ ਆ ਨੰਬਰ ਮੈਨੂੰ ਲੱਗਾ ਪਹਿਲਾਂ ਜੁੜਿਆ ਕਾਲੇ ਕਿ ਸਰਵ ਚੇਂਜ ਆ ਬਹੁਤ ਬੜਾ ਧੰਨਵਾਦ ਆ ਬੜਾ ਵਧੀਆ ਵਧੀਆ ਅਜੇ ਖੜਵਾਲੀ ਕੈਨੇਡਾ ਬੜੀਆ ਬਾਈ ਜੀ ਨਵਨੀਤ ਅਣਦਾਣਾ ਵੈਲਕਮ ਜੀ ਔਰ ਗੱਲਾਂ ਬਾਤਾਂ ਵੱਡੀਆਂ ਸੁਪਰ ਫਾਈਨਲ ਮੈਚ ਵੀਰੇ ਵੀ ਹੋਰ ਬੜ ਸੂਬੇ ਨੇਕ ਤੇ ਬੰਦਾ ਕੀ ਨਹੀਂ ਕਰ ਸਕਦਾ ਕਾਕੋ ਵਾਲੀ ਆ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ਉਸ ਡਾਢ ਦੇ ਲੜ ਲੱਗ ਕੇ ਬੇੜੀ ਤਰਦੀ ਹੁੰਦੀ ਆ ਤੇ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਤੇ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਇਧਰ ਵੀਰਾਂ ਨੇ ਔਰ ਵੱਡੀ ਹਾਜ਼ਰੀ ਲਵਾਈ ਆ ਸਾਰੇ ਵੀਰਾਂ ਦਾ ਧੰਨਵਾਦ ਮੈਂ ਤੇ ਕਰਦਾ ਬੜੇ ਪਿਆਰੇ ਤੇ ਸਤਿਕਾਰਯੋਗ ਮਿੱਤਰ ਨੇ ਮਾਲਵਾ ਫਿਲਟ ਵਾਲਾ ਸਾਡਾ ਵੀਰ ਸੋਨੀ ਠੁੱਲੀ ਵਾਲੀ ਆ ਉਹ ਵੀ ਹਾਜ਼ਰੀ ਲਵਾ ਕੇ ਗਿਆ ਉਹ ਵੀਰ ਦਾ ਵੀ ਧੰਨਵਾਦ ਆ ਔਰ ਤਲਵੰਡੀ ਦੇ ਦਿਲਸ਼ਾਦ ਨੇ ਆਪਣੇ ਬੁਖਾਰ ਪਿੰਡ ਦੇ ਵਿੱਚੋਂ ਆਓ ਮੇਰੇ ਮਿੱਤਰੋ ਬੜੇ ਸ਼ਹਿਦ ਵਰਗੇ ਮਿੱਠੜੇ ਬੋਲ ਬੋਲੇ ਆ ਉਹ ਸਰੀਰ ਦਾ ਵੀ ਧੰਨਵਾਦ ਆ ਤੇ ਗੱਲਾਂ ਬਾਤਾਂ ਵੱਡੀਆਂ ਹੋਈਆਂ ਤੇ ਨਾਲ ਮੇਰੇ ਮਿੱਤਰੋ ਨੱਥੂ ਵਾਲੀ ਪ੍ਰਧਾਨ ਦਾ ਵੀ ਆਪਾਂ ਤੇ ਦੇ ਨਹੀਂ ਦੇ ਸਕਦੇ ਸਾਰੇ ਵੀਰਾਂ ਨੂੰ ਅੰਮ੍ਰਿਤ ਵਰਗਾ ਬਹੁਤ ਤਕੜਾ ਫਾਈਨਲ ਆ ਵੀਰੇ ਸ਼ੇਅਰ ਜ਼ਰੂਰ ਕਰੋ ਜੀ ਆਓ ਵੀਰ ਦਾ ਵੱਡਾ ਧੰਨਵਾਦ ਆ ਇਧਰ ਬੜਾ ਟਾਪ ਦਾ ਮੈਚ ਆ ਨੰਬਰ ਪਹਿਲੇ ਦੀ ਭਾਲ ਦੇ ਵਿੱਚ ਆ ਮੁੰਡੇ ਔਰ ਖੇਡ ਗਰਾਊਂਡਾਂ ਦੇ ਸ਼ਿਕਾਰ ਬੜੇ ਹੋਏ ਆ ਹੁਣ ਨੰਬਰ ਪਹਿਲਾ ਕੌਣ ਜੋੜੂ ਮੈਨੂੰ ਪਿਆ ਜਾ ਬਾਈ ਯਾਰ ਹੋਰ ਹਰਵਿੰਦਰ ਸੱਟਾਂ ਬਾਈ ਇਹ ਤਾਂ ਸੱਤਾ ਪੱਤ ਲਾ ਰਿਹਾ ਵੀ ਨਾਲ ਸਹੁਰੇ ਨੇ ਮੈਂ ਤਾਂ ਕਹਿਣਾ ਇੱਥੇ ਹੀ ਆਪਣਾ ਇਹਦਾ ਕੀ ਮਤਲਬ ਹੈ ਮੈਂ ਤਾਂ ਕਹਿਣਾ ਇੱਥੇ ਹੀ ਆਪਣਾ ਵੀ ਚੱਲੋ ਨਹੀਂ ਵੀ ਅੱਜ ਨੇੜੇ ਲੱਗਾ ਕੱਲ੍ਹ ਨੂੰ ਟੂਰਨਾਮੈਂਟ ਦੇ ਆਉਂਦੇ ਹਰਵਿੰਦਰ ਉਹ ਬਾਈ ਹੁਣ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਲੱਗੂ ਜਾਣ ਦੇ ਧੰਨਵਾਦ ਜੀ ਹਰਸੂ ਅਰੋੜਾ ਬਹੁਤ ਬਹੁਤ ਧੰਨਵਾਦ ਜੀ ਹਰਸੂ ਅਰੋੜਾ ਬਾਈ ਸਭ ਤੁਹਾਡੀ ਮਿਹਰਬਾਨੀ ਹੈ ਭਰਾਵਾਂ ਦੀ ਹਰਸੂ ਅਰੋੜਾ ਜੀ ਕਾਲਾ ਗਿੱਲ ਵੈਲਕਮ ਵੈਲਕਮ ਵੀਰੇ ਸ਼ਾਸਤਰੀ ਹਰ ਗਿਆ ਵੀਰੇ ਜੋਧਪੁਰੀ ਨੂੰ ਹਰ ਗਿਆ ਜੀ ਫਾਈਨਲ ਮੈਚ ਚੱਲੀ ਜਾਂਦਾ ਵੀਰੇ ਸੁਪਰ ਫਾਈਨਲ ਮੈਚ ਆ ਜੀ ਜੋਧਪੁਰੀਆ ਤੇ ਬੜਸੀਕਰੀ ਜੋਧਪੁਰੀਆ ਚ ਕਪਿਲ ਪੀਰਖੇੜਾ ਬੜਸੀਕਰੀ ਚ ਮਾਜਰੇਲਾ ਸੋਟੂ ਜੌਂਟੀ ਨਹੀਂ ਸੀ ਆਇਆ ਅੱਜ ਜੌਂਟੀ ਮਿਸ ਕਰ ਗਈ ਸੀ ਟੀਮ ਜੌਂਟੀ ਵਾਲੀ ਵੀਰੇ ਪੰਕਜ ਵੈਲਕਮ ਵੀਰੇ ਰੌਕ ਸਟਾਰ ਪੰਕਜ ਜੀ ਰਾਮ ਰਾਮ ਜੀ ਕਿੰਨੇ ਸਕੋਰ ਆ ਬਿੰਦਰੀ ਸਕੋਰ ਸਕੋਰ ਜੀਰੋ 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 ਹੀ ਆ ਵੀਰੇ ਜੀਰੋ ਜੀਰੋ ਜੀ ਜੌਂਟੀ ਜੋ ਆ ਵੈਲਕਮ ਜੀ ਓਕੇ ਜੀ ਓਕੇ ਬਹੁਤ ਬੜਾ ਧੰਨਵਾਦ ਆ ਤੇ ਜੋਧਪੁਰੀਆ ਕੋਚ ਫੈਟਾ ਕੋਚ ਆ ਹੋਇਆ ਆਹ ਚਰਚੇ ਨੇ ਮੇਰੇ ਮਿੱਤਰ ਇੱਕ ਵੱਡੀ ਟੀਮ ਆ ਆਹ ਵੱਡੇ ਖਿਡਾਰੀ ਜਿਹੜੇ ਮੇਰੇ ਮਿੱਤਰੋ ਧੰਨ ਧੰਨ ਕਰਵਾ ਰਹੇ ਆ ਵੀ ਵਿੱਚ ਖਹਿਰੇ ਝੱਲਾਂ ਦੇ ਬੱਬਰ ਸ਼ੇਰ ਨਾਲ ਰਹਿੰਦੇ ਗੁੱਜੇ ਕਿਹੜਾ ਥੱਲੇ ਤੂਫਾਨਾਂ ਨੂੰ ਤੇ ਸਾਗਰ ਵਿੱਚ ਨਾ ਹਾਂਜੀ ਹਾਂਜੀ ਵੀਰੇ ਹੈਪੀ ਕੈਨੇਡਾ ਬਾਈ ਜੀ ਫਾਈਨਲ ਆ ਜੀ ਇੱਕ ਟਾਪ ਦਾ ਸੋਨੂ ਤੇ ਮਿਲਦੀ ਟੱਕਰ ਖੇਡਦੇ ਗਰਾਊਂਡ ਦੇ ਅੰਦਰ ਆਹੋ ਹੋਏ ਕਪਿਲ ਪੀਰ ਖੇੜਾ ਸਮੈਲ ਆ ਗਿਆ ਕਪਿਲ ਪੀਰ ਖੇੜਾ ਲੱਗਣੀ ਸਮੈਲ ਆ ਗਿਆ ਬਾਈ ਆਨੰਦ ਮਾਣ ਰਹੀ ਆ ਤੇ ਤੇਰੇ ਪਿੰਡ ਵੀ ਮੇਲਾ ਲਲੋਸ਼ੀ ਵਾਲਾ ਦੇਖੀ ਸੋਹਣਿਆ ਵੀਰਾ ਹਾਂ ਇਹ ਪਤਾ ਲੱਗੇ ਉਦੋਂ ਚੰਨੋ ਤੱਕ ਵੀ ਤੇ ਖੜਕਾ ਦੜਕਾ ਵੱਡਾ ਹੋਇਆ ਪਿਆ ਔਰ ਰਾਮਪੁਰੀਏ ਨੇ ਵੀ ਆਉਣਾ ਖਾਨਪੁਰੀਏ ਵੀ ਖੇਡੂਗਾ ਜ਼ਿੰਦਗੀ ਦੇ ਯਾਰ ਨੇ ਸਾਡੇ ਰੰਗਲੇ ਸੱਜਣ ਦੇ ਔਰ ਵੀਰਾਂ ਦਾ ਦਿਲੋਂ ਧੰਨਵਾਦ ਆ ਹਾਂ ਦਿਲਸ਼ਾਦ ਤਲਵੰਡੀ ਜੀ ਗੁੱਡ ਨਾਈਟ ਜੀ ਪੰਜ ਸਤਾਰਾਂ ਨਾਲ ਜਿੱਤ ਗਈ ਜੋਧਪੁਰੀ ਅਰਸ ਵੀਰੇ ਪੰਜ ਸਤਾਰਾਂ ਨਾਲ ਜੀ
ਠੀਕ ਆ ਠੀਕ ਆ ਜੀ ਗੁਰਨੈ ਵਾਸੀ ਜੀ ਇਧਰ ਪਾ ਤੇ ਦਿਲਸ਼ਾਦ ਦਾ ਪਤਾ ਲੱਗਿਆ ਕੀ ਹੋ ਗਿਆ ਕੱਪੜੇ ਜਿਹੀ ਛਿੱਟ ਗਏ ਸੀ ਬਾਅਦ ਚ ਮੁੜ ਕੇ ਜਾ ਕੇ ਲੱਗੇ ਲੈ ਕਿੱਟ ਛਿੱਟ ਗਈ ਮੈਂ ਤਾਂ ਹੀ ਤਾਂ ਕਿਹਾ ਵੀ ਗੁੱਡ ਮਾਰਨਿੰਗ ਪ੍ਰਾਈ 31000 ਆ ਫਸਟ ਪ੍ਰਾਈ ਫ੍ਰੀ ਬਾਈ ਬੈਸਟ ਨੂੰ ਕੀ ਆਪਣੇ ਤੇ ਐਲਈਡੀਆਂ ਐਲਈਡੀਆਂ 32 ਇੰਚ ਐਲਈਡੀਆਂ ਤਿੰਨ ਆ ਕੇ ਦੋ ਆ ਕੇ ਇੱਕ ਆ ਸੂਟਰ ਤੇ ਨੈਟ ਨੂੰ ਐ ਸੂਟਰ ਭਾਈ ਜੀ ਇੱਕ ਮੇਰੀ ਗੱਲ ਸੁਣੋ ਬੈਸਟਾਂ ਦੇ ਲਈ ਐਲਈਡੀਆਂ ਨੇ ਉਹ ਕਿਵੇਂ ਕੱਢਣੀਆਂ ਵੀਰੇ ਵੀ ਤੇ ਡਿਸਾਈਡ ਕਰ ਲੈਂਦੇ ਭਰਾ ਬਣ ਕੇ ਵੀ ਨੰਬਰ ਅਕਾਊਂਟ ਕਰਨੇ ਆ ਜਾਂ ਕਿਵੇਂ ਤੇ ਦੇਣੀਆਂ ਕਿਵੇਂ ਉਹ ਐਲਈਡੀ ਐ ਤਾਂ ਦੱਸੋ ਵੀਰ ਬਣ ਕੇ ਦੱਸੋ ਤੇ ਸਹੀ ਭਰਾ ਸਾਡੇ ਕਿੱਥੇ ਬਾਈ ਦੱਸੀ ਹੋਣੀ ਕਿੱਥੇ ਨੇ ਦੱਸੀ ਫਾਈਨਲ ਮੈਚ ਚੱਲ ਫਾਈਨਲ ਮੈਚ ਚੱਲ ਰਿਹਾ ਇੱਕ ਮਿੰਟ ਦਾ ਯਾਰ ਰੁਕੋ ਵੀਰ ਬਣ ਕੇ ਐਲਈਡੀ ਐ ਨੇ ਪਤਾ ਤਾਂ ਲੱਗੇ ਨਾ ਠੀਕ ਆ ਠੀਕ ਆ ਠੀਕ ਆ ਬਾਈ ਕਲੱਬ ਵਾਲੇ ਵੀਰ ਕਿੱਥੇ ਨੇ ਹਾਂ ਉਹ ਆਓ ਤੇ ਸਹੀ ਯਾਰ ਤਿੰਨ ਐਲਈਡੀ ਆ ਪਤਾ ਤਾਂ ਲੱਗੇ ਨਾ ਕਿਉਂ ਵੀਰੇ ਠੀਕ ਆ ਹਾਂਜੀ ਤੁਸੀਂ ਅਕਾਊਂਟ ਕਰ ਰਹੇ ਹੋ ਕਿ ਉਦਾਂ ਹੁਣ ਕਰ ਲੋ ਕਿੰਨੇ ਪੁਆਇੰਟ ਨੇ ਕੋਈ ਪਤਾ ਹੈ ਵੀਰੇ ਜਰ ਮੈਚ ਵੀਰੇ ਜੋਧਪੁਰੀਆ ਜੀ ਹੁਣ ਕਰ ਲਓ ਸ਼ੁਰੂ ਤੇ ਬਰਸ਼ਿਕਰੀ ਬਰਸ਼ਿਕਰੀ ਛੋਟੂ ਮਾਜਰਾ ਕਾਪੀ ਪੈਨ ਫੜਾਓ ਉਹਨਾਂ ਨੂੰ ਯਾਰ ਇੱਕ ਹੋਰ ਹਲੋ ਕਾਪੀ ਪੈਨ ਦਿਓ ਵੀਰਾਂ ਨੂੰ ਹਾਂ ਹਾਂ ਮੈਂ ਸਮਝ ਗਿਆ ਮੈਂ ਉਹ ਨਾ ਚੱਕਰ ਮੰਨ ਮੈਂ ਸਾਰਾ ਕਾਪੀ ਪੈਨ ਚਾਹ ਬਾਈ ਕੈਪਟਨ ਜ਼ਰੂਰੀ ਹੈ ਕਿ ਨਹੀਂ ਬਾਈ ਐਵੇਂ ਕਾ ਮੇਰੇ ਤੋਂ ਧਿਆਨ ਦੇ ਵਿੱਚ ਆ ਗਿਆ ਕਾਪੀ ਲੈ ਜਾ ਉਹਦੇ 50 ਦੇ 3000 ਦਾ 50 ਨੇ ਨਹੀਂ ਇਹ ਚੀਜ਼ਾਂ ਜ਼ਰੂਰੀ ਨੇ ਵੀਰੇ ਵਧੀਆ ਵਧੀਆ ਜੀ ਰਾਹੁਲ ਚੌਹਾਨ ਜੀ ਵਧੀਆ ਵੀਰੇ ਗੁੱਸਾ ਨਾ ਕਰੋ ਯਾਰ ਵੀ ਮੈਚ ਰੋਕਿਆ ਠੀਕ ਹੈ ਇਹ ਵੀ ਤੁਹਾਡੇ ਲਈ ਹੋਇਆ ਵੀਰੇ ਨਹੀਂ ਆਪਾਂ ਐਵੇਂ ਕੋਈ ਫਾਇਦਾ ਨਹੀਂ ਯਾਰ ਕਿਉਂ ਬਾਈ ਅਗਲਾ ਕੋਈ ਵੀ ਚੀਜ਼ ਸਾਡੀ ਆ ਕੋਈ ਨਹੀਂ ਕੋਈ ਨਹੀਂ ਕਈ ਵਾਰ ਹੋ ਜਾਂਦੀ ਹੈ ਦੋ ਬੰਦੇ ਹੀ ਆ ਯਾਰ ਕੋਈ ਮੈਂ ਤਾਂ ਦੱਸੀ ਜਾਂਦਾ ਆਪਣੇ ਧਿਆਨ ਸੀ ਹੋਰ ਵੀ ਹੋ ਜਾਂਦੀ ਹੈ ਨਾ ਕੋਈ ਯਾਰ ਬਾਈ ਧਿਆਨ ਚ ਆ ਗਈ ਗੱਲ ਉਹ ਵੀ ਠੀਕ ਆ ਯੂਪੀ ਜੋਧਪੁਰੀਆ ਤੋਂ ਹਰ ਗਈ ਸੈਮੀਫਾਈਨਲ ਵੀਰੇ ਬੈਸਟ ਵਾਲੇ ਸਕੋਰ ਨਹੀਂ ਸੀ ਵੀਰੇ ਕਾਊਂਟ ਹੋਣ ਲੱਗੇ ਉਹਦੇ ਕਰਕੇ ਮੈਚ ਰੋਕਿਆ ਗਿਆ ਜੀ ਕਾਲੂ ਨੂੰ ਕਹਦੇ ਬਸ ਬੈਸਟ ਵਾਲੇ ਸਕੋਰ ਤੇ ਡਿਊਟੀ ਲਾਈ ਆ ਮੁੰਡਿਆਂ ਦੀ ਵੀਰੇ ਮਾਫੀ ਚਾਹੁੰਦੇ ਆ ਜੀ ਕੌਣ ਲਿਖੂਗਾ ਉਹ ਦੇਖ ਲਿਓ ਮਾੜਾ ਜਿਹਾ ਬੈਸਟ ਜਾਣਕਾਰ ਬੰਦੇ ਹੁਣ ਉਹ ਬਿੰਦਰੀ ਨੇ ਨਹੀਂ ਕੱਢੇ ਕਦੇ ਬੈਸਟ ਉਹ ਮੀਨਾ ਫਸਾ ਦੀ ਵਿਚਾਰੇ ਨੂੰ ਉਹਨੂੰ ਓਕੇ ਓਕੇ ਜੀ ਅਰਸ ਜੀ ਗਰਲਾਲ ਨਾ ਨਾ ਮੈਂ ਨਹੀਂ ਪੰਗਾ ਲੈਂਦਾ ਇਹ ਜਿਹਾ ਗਰਲਾਲ ਹੋ ਰਿਹਾ ਮਾੜਾ ਜਿਹਾ ਉਹੀ ਸਾਂਝੇ ਬੰਦੇ ਥੋੜ੍ਹਾ ਚੱਕਰ ਪੈ ਜਾਂਦਾ ਕਈ ਵਾਰ ਕੱਢਣ ਨੂੰ ਤਾਂ ਨਹੀਂ ਕੋਈ ਗੱਲ ਨਹੀਂ ਵੇਟ ਕਰੋ ਵੇਟ ਵੀਰੇ ਵੇਟ ਜੀ ਬਸ ਬਾਈ ਜੀ ਮਿਊਟ ਨਹੀਂ ਹੁੰਦਾ ਬਾਈ ਆਪਸ਼ਨ ਆਉਣਾ ਤੈਨੂੰ ਮੈਂ ਦੱਸਦਾ ਤੈਨੂੰ ਮੈਂ ਸਾਰੀ ਸਮਝਾ ਦਿੰਦਾ ਗੱਲ ਕੇਰਾ ਇੱਕ ਮਾੜਾ ਬੋਲੀ ਗਰਲਾਲ ਬੋਲੋ ਜਿਹੜਾ ਅਰਸ਼ ਸ਼ਰਮਾ ਘਨੌਰ ਨੇ 5 ਤੋਂ ਥੱਲੇ ਲੱਗਣ ਤੇ 5100 ਰੁਪਏ ਲਾਇਆ ਸੀ ਕੋਚ ਤੇ ਉਹ 5 ਸਕੋਰ ਯੂਪੀ ਟੀਮ ਦੇ ਬਣ ਗਏ ਸੀ ਹੁਣ ਕੋਚ ਨੂੰ 1100 ਦਿੱਤਾ ਜਾਣਾ ਕਹਿਣ ਦਾ ਮਤਲਬ ਜੇ 5 ਤੋਂ ਥੱਲੇ ਰਹਿੰਦੇ ਤਾਂ 5100 ਸੀ ਹੁਣ ਦਿੱਤਾ ਜਾਣਾ ਐਂ ਕਰ ਲਿਓ ਜੇ ਸਕੋਰ ਨਹੀਂ ਲਿਖਣਾ ਜਿਹੜਾ ਵਧੀਆ ਲੱਗੂ ਉਹਨੂੰ ਦੇ ਦਿਓ ਬਾ ਠੀਕ ਆ ਫਿਰ ਤੁਸੀਂ ਬਹਿ ਕੇ ਮੈਚ ਦੇਖੋ ਜਿਹੜਾ ਤੁਹਾਨੂੰ ਵਧੀਆ ਲੱਗਿਆ ਦੋਹਾਂ ਟੀਮਾਂ ਚੋਂ ਉਹਨੂੰ ਦੇ ਦਿਓ ਕਾਹਨੂੰ ਚੱਕਰਾਂ 'ਚ ਪੈਣੇ ਹਾਂ ਠੀਕ ਆ ਵੀਰੇ ਜਿਹੜਾ ਵੀ ਪ੍ਰਬੰਧਕੀ ਕਮੇਟੀ ਨੂੰ ਪਲੇਅਰ ਚੰਗੇ ਲੱਗੇ ਤਿੰਨ ਬੈਸਟ ਉਹ ਕੱਢੇ ਜਾਣਗੇ ਹਾਂ ਕੋਈ ਟੀਮਾਂ ਨੂੰ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਵੀਰੇ ਖੜੋ ਵੀਰ ਬੈਠ ਕੇ ਮੈਚ ਦੇਖਿਓ ਉਧਰ ਬੈਠੋ ਉੱਥੇ ਭਾਈ ਅਰਸ਼ ਸ਼ਰਮਾ ਘਨੌਰ ਸਾਡੀ ਜ਼ਿੰਦਗੀ ਦਾ ਮਾਣ ਹੈ ਉਹ ਵੀਰ ਨੇ ਅਨਾਉਂਸ ਕਰਵਾਇਆ ਸੀ ਵੀ ਜੇ ਯੂਪੀ ਸ਼ਾਸਤਰੀ ਦੀ ਟੀਮ ਦੇ ਨੰਬਰ 5 ਤੋਂ ਥੱਲੇ ਰਹਿੰਦੇ ਆ ਤੇ 5100 ਜਿਹੜਾ ਦਿੱਤਾ ਜਾਣਾ ਔਰ ਉਹ 5100 ਕੋਚ ਨੂੰ ਦਿੱਤਾ ਜਾਣਾ ਸੀਗਾ ਜੀ ਹਾਂ 5100 ਜਿਹੜਾ ਕੋਚ ਨੂੰ ਦਿੱਤਾ ਜਾਣਾ ਸੀ ਇਹ ਭਰਾ ਕਹਿੰਦਾ ਵੀ ਭਾਵੇਂ ਨੰਬਰ ਉਹਨਾਂ ਦੇ 5 ਤੇ ਹੋ ਗਏ ਸੀ ਪਰ ਕੋਚ ਬਹੁਤ ਤਕੜਾ ਖੇਡਿਆ ਤੇ ਇਸ ਲਈ ਤੇ ਕੋਚ ਦਾ ਸਨਮਾਨ ਜਿਹੜਾ ਅਰਸ਼ ਸ਼ਰਮਾ ਘਨੌਰ ਵੱਲੋਂ ਉਹ 1100 ਦੀ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ ਇਧਰ ਮੈਚ ਜਿਹੜਾ ਮੇਰੇ ਮਿੱਤਰੋਂ ਬਹੁਤ ਟਾਪ ਦਾ ਖੇਡਿਆ ਜਾ ਰਿਹਾ ਲਓ ਜੀ ਵੀਰੇ ਸੁਪਰ ਫਾਈਨਲ ਮੈਚ ਦੀ ਹਾਂ ਮੈਚ ਸ਼ੁਰੂਆਤ ਜੀ ਜਿਹੜਾ ਵੀਰ ਉਹ ਆਪਣਾ 1100 ਓਕੇ ਓਕੇ ਜੀ ਚਾਂਗਲੀ ਦੇ ਵਿਰੁੱਧ ਸਿਵਰ ਯੂਕੇ ਜੀ ਪਰ ਇਧਰ ਮੁੰਡਿਆਂ ਨੇ ਗਲਤੀ ਜਿਹੜੀ ਵੱਡੀ ਕਰ ਦਿੱਤੀ ਆ ਉਹਦੀ
ਉਹ ਠੀਕ ਆ ਬਾਈ ਉਹ ਮੈਨੂੰ ਤਾਂ ਤੇਰੇ ਤੇਰੇ ਤੁਹਾਡੇ ਘਰੇ ਨਾਨਕੇ ਨੇ ਉਹਦੇ ਮੈਨੂੰ ਮਿਲਿਆ ਅੱਛਾ ਉਹ ਕੀ ਜੀ ਉਹ ਲਾਡੀ ਧਨੇਠੇ ਵਾਲਾ ਆਪਣਾ ਬਹੁਤ ਪਿਆਰਾ ਮਿੱਤਰ ਆ ਨਾਨਕੇ ਪਿੰਡ ਹਰ ਸਿੱਧੂ ਢਿੱਲੋਂ ਦੇ ਨਾਲ ਬਹੁਤ ਪਿਆਰ ਆ ਸਾਡੇ ਵੀਰ ਦਾ ਜਦੋਂ ਮੈਂ ਤੁਹਾਡੇ ਪਿੰਡ ਦੇ ਵਿੱਚ ਆਇਆ ਸੀ ਨਾ ਤੇ ਮੈਨੂੰ ਉਹਨੇ ਜ਼ਰੂਰ ਕਿਹਾ ਸੀ ਵੀ ਆਪਣੀ ਰਿਸ਼ਤੇਦਾਰੀ ਇੱਥੇ ਤੇ ਦੱਸੀ ਜ਼ਰੂਰ ਨੌਜਵਾਨਾਂ ਜੇ ਕੋਈ ਕੰਮ ਹੋਇਆ ਤੇ ਉਹ ਪਰਮਾਤਮਾ ਦੁਨੀਆ ਗੋਲ ਹੈ ਇਹ ਚਰਚੇ ਜ਼ਰੂਰ ਆ ਪਰ ਸਾਹਮਣੇ ਗਲਤੀ ਵੱਡੀ ਕਰ ਦਿੱਤੀ ਹੈ ਮੁੰਡੇ ਨੇ ਇੱਕ ਵਾਰੀ ਨੰਬਰ ਦੱਸਿਓ ਵੀਰੇ ਇੱਕ 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 ਜ਼ੀਰੋ ਓਕੇ ਕਿੰਨੇ ਦਾ ਆਪਾਂ 17 ਦੇ ਪੰਜਾਬ ਦੀ ਕੀ ਮੈਂ ਸਿਫਤ ਸੁਣਾਵਾਂ ਆਓ ਜਿੱਥੇ ਰੱਬ ਵਰਗੀ ਆ ਮਾਵਾਂ ਧਰਤੀ ਪੰਜ ਦਰਿਆ ਦੀ ਰਾਣੀ ਜਿਸ ਦਾ ਸ਼ਰਬਤ ਵਰਗਾ ਪਾਣੀ ਪਰ ਇਧਰ ਮੁੰਡਾ ਮੈਂ ਵੇਖਦਾ ਵੀ ਕੱਪੜ ਗਲਤੀ ਕਰ ਗਿਆ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਇੱਧਰ ਮੁੰਡੇ ਜਿਹੜੇ ਮੇਰੇ ਮਿੱਤਰੋ ਮੋਟਰਸਾਈਕਲਾਂ ਦੇ ਜੇਤੂ ਖਿਡਾਰੀ ਖੇਡਦੇ ਆ ਵਾਸ਼ਿੰਗ ਮਸ਼ੀਨਾਂ ਐਲ ਈ ਡੀਆਂ ਦੇ ਚਰਚੇ ਜਿਹੜੇ ਪੂਰੀ ਦੁਨੀਆਂ ਦੇ ਵਿੱਚ ਨੇ ਪਰ ਇੱਧਰ ਸਰਵਿਸ ਕਰਨ ਦੇ ਲੇਟ ਹੋ ਗਿਆ ਮਨਜੋਤ ਕੰਮ ਕਰੇ ਚਾਰ ਵਾਰ ਚਾਰ ਆ ਲੇਟ ਹੋ ਗਿਆ ਥੋੜਾ ਜਿਹਾ ਕੰਮ ਮਨਜੋਤ ਬਈ ਸਦਾ ਲਾਏ ਜਾਂਦੇ ਹੈਗੇ ਵੈਸੇ ਤਾਂ 50 ਕੁ ਬੰਦੇ ਮਨਜੋਤ 50 ਕੁ ਬੰਦੇ ਤਾਂ ਹੈਗੇ ਗਿਣਤੀ ਦੇ ਬਈ ਇੱਧਰ ਪਿੱਛੇ ਬੈਠੇ ਆਪਣੇ ਕੋਲੇ ਕਈ ਬੰਦੇ ਤਾਂ 50 ਕੁ ਬੰਦੇ ਹੈਗੇ ਗਿਣਤੀ ਦੇ ਮਨਜੋਤ ਬਈ ਲੇਟ ਹੋ ਗਿਆ ਨਾ 12 ਪਲੱਸ ਫਿਰ ਤੁਹਾਨੂੰ ਪਤਾ ਹੀ ਹੈ ਯੂਪੀ ਦੇ ਜੱਸੇ ਵਾਲੇ ਮੈਚ ਤੇ ਘੱਟ ਸੀਗਾ ਉਸ ਤੋਂ ਬਾਅਦ ਘੱਟ ਗਿਆ ਬਈ ਜਿਹੜੇ ਅੱਜ ਰਿਕਾਰਡ ਬਣਿਆ ਨਾ ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿਣੇ ਆ ਵੀ ਮੁੰਡਿਆਂ ਨੇ ਮੇਲਾ ਕਰਵਾਇਆ ਔਰ ਵੱਡਾ ਧੰਨਵਾਦ ਆ ਬਾਈ ਜੋਸੀ ਵਰਗਿਆਂ ਦਾ ਪਰ ਇੱਧਰ ਨੰਬਰ ਦੂਜਾ ਵੀ ਜੁੜ ਗਿਆ ਮਿੱਤਰਾ ਨੰਬਰ ਜਿਹੜਾ ਦੂਜਾ ਵੀ ਜੁੜ ਗਿਆ ਜਿਹੜਾ ਵੀ ਕੋਈ ਪਲੇਅਰ ਪ੍ਰਬੰਧਕੀ ਕਮੇਟੀ ਨੂੰ ਜਿਹਦਾ ਪ੍ਰਦਰਸ਼ਨ ਚੰਗਾ ਲੱਗਿਆ ਤੇ ਉਹਦਾ ਜਿਹੜਾ ਮਾਣ ਮੇਰੇ ਮਿੱਤਰੋਂ ਕੀਤਾ ਜ਼ਰੂਰ ਜਾਵੇਗਾ ਉਹਨੂੰ ਬੈਸਟਾਂ ਦੀ ਜਿਹੜੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਜਾਣਾ ਡੋਲੀ ਵਾਲੀ ਆ ਜਦੋਂ ਕੋਈ ਸਕੀਮ ਆਈ ਤੇ ਸੁਣਿਆ ਵੀਰਾ ਆਪਾਂ ਇਸ਼ਾਰਾ ਜਿਹੜਾ ਜ਼ਰੂਰ ਕਰਾਂਗੇ ਲਓ ਇੱਧਰ ਮੈਚ ਬੜਾ ਟੌਪ ਦਾ ਵਾਓ ਮਿੱਤਰਾ ਨੰਬਰ ਤੀਜੇ ਦੀ ਭਾਵ ਦੇ ਵਿੱਚ ਆ ਮੁੰਡੇ ਗੱਭਰੂ ਜਿਹੜੇ ਮੈਂਡੀ ਸ਼ਰਮਾ ਬਰਿਆਮ ਖੇੜਾ ਜੀ ਵੈਲਕਮ ਫਾਈਨਲ ਵੀਰੇ ਬਿਲਕੁਲ ਜੀ ਫਾਈਨਲ ਮੈਚ ਹੈ ਜੀ ਮੈਂਡੀ ਸ਼ਰਮਾ ਭਰਾ ਸਾਡਾ ਬਰਿਆਮ ਖੇੜਾ ਪਿੰਡ ਹੈ ਔਰ ਅੰਕਿਤ ਗੁਲੀਆ ਕੈਨੇਡਾ ਫਾਈਨਲ ਆ ਫਾਈਨਲ ਬਾਈ ਜੀ ਕਿੰਨੇ ਸਾਡੇ ਵੀਰ ਨੇ ਫਾਈਨਲ ਮੈਚ ਹੈ ਜੀ ਦਾ ਬਹੁਤ ਵੱਡਾ ਧੰਨਵਾਦ ਮੈਂ ਤੇ ਕਰਦਾ ਔਰ ਚਰਚਾ ਕਈ ਤੇ ਟਾਈਮ ਨਾਲ ਹੀ ਵਿਹਲੇ ਹੋ ਗਿਆ ਮੇਰੇ ਮਿੱਤਰੋ ਤੇ ਗੱਲਾਂ ਬਾਤਾਂ ਵੱਡੀਆਂ ਨੇ ਉਹਨਾਂ ਦਾ ਪਿੰਡ ਜਾਣ ਨੂੰ ਜੀ ਨਹੀਂ ਕਰਦਾ ਪਤਾ ਨਹੀਂ ਗੱਲ ਕੀ ਹੈ ਤੇ ਗੱਲਾਂ ਬਾਤਾਂ ਬਹੁਤ ਟਿਕਾਣੇ ਲਾਉਂਦੇ ਵੀਰ ਸਾਡੇ ਔਰ ਚਰਚੇ ਜਿਹੜੇ ਆਹ ਜ਼ਿੰਦਗੀ ਦੇ ਰੰਗਲੇ ਸੱਜਣਾ ਦੇ ਵੱਡੇ ਆ ਹੁਣ ਨੰਬਰ ਪਹਿਲਾ ਜੁੜੂਗਾ ਜਾਂ ਸਰਵਿਸ ਚੇਂਜ ਹੋ ਕੇ ਇੱਧਰ ਮਿੱਤਰਾ ਕਾਊਂਟ ਹੋ ਨੰਬਰ ਸਮੇਂ ਦੀ ਪਾਤ ਪੈਣੀ ਆ ਉਹ ਬੱਲੇ 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 ਵਾਹ ਇਹ ਨੌਜਵਾਨਾ ਗਰਾਊਂਡ ਦੇ ਵਿੱਚ ਬਹੁਤ ਟਾਪ ਦਾ ਮੈਚ ਆ ਵੀ ਮੈਂ ਫਸਲ ਵੇਚ ਕੇ ਆਇਆ ਨੀ ਤੇਰਾ ਕੋਲੋਂ ਉਲਾਭਾ ਲਾਇਆ ਨੀ ਉਧਰ ਮਨਜੋਤ ਦਾ ਭਰਾ ਸਾਡਾ ਝਮਟ ਪਿੰਡ ਆ ਉਹ ਵੀਰ ਕਹਿੰਦਾ ਵੀ ਜਿਹੜੀ ਐਂਟਰੀ ਆ 12 ਵਜੇ ਤੱਕ ਹੋਵੇਗੀ ਪੰਜ ਗਰਾਊਂਡ ਹੋਣਗੇ ਜਿਹੜੀਆਂ ਟੀਮਾਂ ਰੈਂਟ ਵਾਲੀਆਂ ਜੇ ਉਹ 12 ਵਜੇ ਤੋਂ ਪਹਿਲਾਂ ਆਉਣਗੀਆਂ ਤੇ ਤਾਂ ਹੀ ਉਹਨਾਂ ਨੂੰ ਰੈਂਟ ਮਿਲਣਾ ਇਸ ਤੋਂ ਬਾਅਦ ਜਿਹੜੀ ਕੋਈ ਟੀਮ ਆਊਗੀ ਉਹ ਖੇਡ ਤਾਂ ਭਾਵੇਂ ਮੈਨੂੰ ਖੇਡਣ ਵੀ ਨਹੀਂ ਦਿੱਤੀ ਜਾਣੀ ਔਰ ਵੀਰ ਕਹਿੰਦਾ ਵੀ ਉਸੇ ਟੀਮ ਨੂੰ ਹੀ ਰੈਂਟ ਦਿੱਤਾ ਜਾਵੇਗਾ ਜਿਹੜੇ ਮੁੰਡੇ 12 ਵਜੇ ਤੋਂ ਪਹਿਲਾਂ ਆਉਣਗੇ ਰੂਲ ਐਂਡ ਰੈਗੂਲੇਸ਼ਨ ਪਰ ਵਾਹੇ ਨੌਜਵਾਨਾ ਨਾਗਰ ਨਾਚੇਗੀ ਚੂਮ ਚੁੱਕ ਕੇ ਆਹ ਗੱਲਾਂ ਹੋਈਆਂ ਮੇਰੇ ਮਿੱਤਰੋ ਸੰਗਤ ਲਾਈਵ ਜੁੜੀ ਹੋਈ ਆ ਔਰ ਇੱਧਰ ਵੀ ਮੁੰਡੇ ਆਨੰਦ ਮਾਣ ਰਹੇ ਆ ਨੌਜਵਾਨਾਂ ਖੇਡ ਗਰਾਊਂਡ ਦੇ ਅੰਦਰ ਅੱਜ ਦੇ ਰਿਕਾਰਡ ਬਣਿਆ ਵੀ ਚੈੱਕ ਕਰੀ ਇਤਿਹਾਸ ਕਿੰਨੇ ਯਾਰ ਬੰਦੇ ਖਾਸ
ਕਿੰਨੇ ਪੁੱਤ ਕੋਚ ਬਾਈ ਜੀ ਇੱਕ ਨੰਬਰ ਦੀ ਕਿੱਟ ਮੈਂ ਜੀ ਇੱਕ ਨੰਬਰ ਦੀ ਕਿੱਟ ਜਾ ਕੋਚ ਵੀਰੇ ਹੋਰ ਕੋਈ ਨਾ ਤੇ ਇੱਕ ਨੰਬਰ ਦੀ ਕਿੱਟ ਚ ਕੋਚ ਜੋਧਪੁਰੀ ਆ ਅੱਜ ਤੇ ਰਿਕਾਰਡ ਖਣਾਲ ਨਹੀਂ ਸੀ ਆਈ ਝਿੰਦਰ ਸੁੱਖ ਵੀਰੇ ਖਣਾਲ ਦੀ ਨਹੀਂ ਆਈ ਸੋਹਣੇ ਵੀਰ 2800 ਬੰਦਾ ਲਾਈਵ ਦਾ ਮੇਰੇ ਮਿੱਤਰ ਜੁੜਿਆ ਤੇ ਚਰਚੇ ਹੋਏ ਪਰ ਸਾਹਮਣੇ ਗੱਲਾਂ ਬਾਤਾਂ ਵੱਡੀਆਂ ਹੋ ਗਈਆਂ ਨੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਅੱਜ ਫੱਗੂਵਾਲ ਦੀ ਧਰਤੀ ਦੇ ਉੱਤੇ ਇਤਿਹਾਸ ਰਚਿਆ ਗਿਆ ਪਰ ਇੱਧਰ ਹੁਣ ਕਿਹੜੀ ਟੀਮ ਨੇ ਆਹ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚਣਾ ਉਹ ਸਮੇਂ ਦੀਆਂ ਬਹੁਤ ਪਾਤਾਂ ਪੈਣਗੀਆਂ ਮੇਰੇ ਮਿੱਤਰੋ ਬੇ ਹਿੰਮਤੇ ਹੁੰਦੇ ਹੋ ਲੋਕ ਜਿਹੜੇ ਸ਼ਿਕਵਾ ਮਨੀਸ ਮਟੌਰ ਵੈਲਕਮ ਜੀ ਮਨੀਸ ਮਟੌਰ ਜੀ ਸੀਨਾ ਚੀਰ ਕੇ ਪੱਥਰਾਂ ਦਾ ਇਹ ਗੱਲ ਪੱਕੀ ਆ ਮਿਹਨਤ ਮਨੀਸ ਮਟੌਰ ਵਰਿੰਦਰ ਨੇ ਵੀ ਕੀਤੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੰਦਰ ਭਾਈ ਜੈਮਲ ਵਰਗਿਆਂ ਨੇ ਦੱਸਿਆ ਵੀ ਸਮਾਂ ਉਹ ਵੀ ਰਿਹਾ ਜਦੋਂ ਪਿੰਡ ਸਟੈਂਡ ਤੋਂ ਮੇਰੇ ਮਿੱਤਰੋਂ ਲਾਈਵ ਕੀਤੇ ਹੋਏ ਆ ਉਹ ਵੀ ਸਮਾਂ ਸੀ ਜਦੋਂ 100-100, 200-200 ਰੁਪਏ ਤੇ ਲਾਈਵ ਕੀਤੇ ਹੋਏ ਆ ਉਹ ਵੀ ਸਮਾਂ ਸੀ ਪਰ ਅੱਜ ਵੀ ਬਾਬੇ ਨਾਨਕ ਦੀ ਕਿਰਪਾ ਮੇਰੇ ਮਿੱਤਰੋ ਮਿਹਨਤ ਕੀਤੀ ਆ ਆਹ ਮਿੰਟਾਂ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਨੌਜਵਾਨਾਂ ਤਾਂ ਹੀ ਕਿਸੇ ਗੱਲ ਦੀ ਆਹ ਚੇਤਾ ਨਹੀਂ ਸੋਚ ਸਕਿੱਲੋਂ ਵੱਡੀ ਆ ਬਾਕੀ ਗੱਲ ਰੱਬ ਤੇ ਛੱਡੀ ਆ ਆਹ ਬਾਕੀ ਓਕੇ ਓਕੇ ਜੀ ਮਨੋਜ ਚੰਮੜ ਜੀ ਪਰ ਇਧਰ ਮੁੰਡੇ ਨੇ ਨੰਬਰ ਇੱਕ ਹੋਰ ਦਾ ਵਾਅਦਾ ਕਰ ਦਿੱਤਾ ਆਪਣੀ ਟੀਮ ਲਈ ਕਿੰਨੇ ਹੋ ਗਏ ਬਿੰਦਰੀ 4-0 ਸਕੋਰ ਆ ਵੀਰੇ 4 ਜੋਧਪੁਰੀ ਆ ਜਮਲ ਨੇ ਬਹੁਤ ਪੁਰਾਣਾ ਇਤਿਹਾਸ ਦੱਸਿਆ ਭਾਈ ਹੁਣ ਇੰਨੇ ਟਾਈਮ ਨਹੀਂ ਯਾਰ ਤੁਸੀਂ ਮੈਂ ਮੈਨੂੰ ਮੇਰੀ ਗੱਲ ਕਰ ਲਓ ਭਾਈ ਨੇ ਤੇਰੇ ਬਾਰੇ ਵੀ ਦੱਸਿਆ ਇਹ ਬੰਦਾ ਬੇਕਾਰੀ ਹੈ ਕਿਹੜੀ ਲਾਹੌਰ ਦਾ ਹੁੰਦਾ ਮੈਨੂੰ ਤੇ ਆ ਤਾਂ ਬੋਲ ਸਕਦਾ ਜਦੋਂ ਚੱਲ ਅਸੀਂ ਖੇਡਦੇ ਹੁੰਦੇ ਸੀ ਰੈਗੂਲਰ ਆਪਣੇ ਤਗੜੇ ਦਾ ਹੁੰਦੇ ਸੀ ਸਾਰੀਆਂ ਟੀਮਾਂ ਕਹਿੰਦਾ ਹੁੰਦਾ ਫਨਾਲ ਵੀ ਚੜ੍ਹਾਈ ਫਨਾਲ ਨੂੰ ਵੀ ਅਸੀਂ ਜਿੱਤ ਗਏ ਦੋ ਤਿੰਨ ਵਾਰ ਉਹ ਵੀ ਹਰਾਈ ਆ ਸੱਤੇ ਨੂੰ ਵੀ ਜਿੱਤ ਗਏ ਕਨੇਠਾ ਨਹੀਂ ਸੱਤੂ ਹਾਂ ਸੋਚ ਕਹਾਂ ਜਮਲ ਮੈਚ ਬਹੁਤ ਲੱਗਿਆ ਅਸੀਂ ਸਾਰੇ ਸੱਤ ਫੁੱਲ ਚੜ੍ਹਾਈ ਸੱਤੇ ਬਾਈ ਦੀ ਕਿਰਪਾਲੇ ਵਾਲਾ ਉੱਥੇ ਜਿੱਤ ਲਿਆ ਸੀ ਅਤੇ ਖਨਾਲ ਵੀ ਦੋ ਤਿੰਨ ਵਾਰ ਅਸੀਂ ਤੇਰਾ ਮੱਲ ਸਿੰਘ ਵਾਲੇ ਅਤੇ ਹੋਰ ਵੀ ਦੋ ਤਿੰਨ ਥਾਵੇਂ ਕਹਿਣ ਦਾ ਮਤਲਬ ਇਹਨਾਂ ਦਾ ਅਸੀਂ ਮੈਚ ਵੀ ਨਹੀਂ ਸੀ ਚੰਗਾ ਲਾਉਂਦੇ ਪਤਾ ਨਹੀਂ ਕੀ ਗੱਲ ਇਕੱਲਾ ਬਾਈ ਨਹੀਂ ਸੀ ਲੋਟਵਾਂ ਤੋਂ ਕਦੇ ਡਰੋਪ ਖੇਡਤਾ ਕਦੇ ਲੈਣ 'ਤੇ ਮਾਰੀ ਕਦੇ ਡਰੋਪ ਖੇਡਤਾ ਗਾਲਾਂ ਇਹਨੂੰ ਬਹੁਤ ਕੱਢਦੇ ਹੋਏ ਵੀ ਸਾਨੂੰ ਤਾਂ ਜਮੀ ਨਹੀਂ ਲੋਟ ਆਉਂਦਾ ਇਕੱਲਾ ਅੱਛਾ ਮੈਚ ਵੀ ਨਹੀਂ ਸੀ ਲੱਗਿਆ ਸਾਡਾ ਕਦੇ ਇਹਨਾਂ ਨਾਲ ਜਮੀ ਨਹੀਂ ਸੀ ਲੱਗਿਆ ਤੁਹਾਨੂੰ ਦੱਸਿਆ ਨਾ ਵੀ ਆਹ ਬਾਈ ਹੁਣ ਬੈਠਾ ਨਾ ਅਤੇ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਜੀ ਕਰਕੇ ਆ ਗੱਲ ਕਹਿੰਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਮੈਨੂੰ ਕਹਿੰਦੇ ਜੇ ਤੁਹਾਨੂੰ ਹੋਰ ਦੀ ਵੀ ਲੋੜ ਹੋਈ ਸਾਨੂੰ ਹੋਰ ਵੀ ਦੱਸੋ ਹੈ ਨਾ ਇਹ ਬਾਈ ਆਪਣੇ ਨਾਲ ਖੜੇ ਆ ਬਿਲਕੁਲ ਬਿਲਕੁਲ ਅਤੇ ਬ੍ਰਿੰਦਰ ਮੈਂ ਤੁਹਾਨੂੰ ਦੱਸਦਾ ਵੀ ਜੇ ਪਹਿਲੀ ਵਾਰੀ ਆਪਣਾ ਕਿਸੇ ਵਾਲੀਬਾਲ ਦੇ ਵਿੱਚ ਵੱਧ ਪਿਆਰ ਪਿਆ ਕਿਸੇ ਟੀਮ ਨਾਲ ਉਹ ਇਹੀ ਬੰਦੇ ਨੇ ਠੀਕ ਹੈ ਨਾ ਇਹਨਾਂ ਦਾ ਧੰਨਵਾਦ ਆ ਅਤੇ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਨਾਗਰੇ ਵਾਲਾ ਵੀ ਬਾਹਲੇ ਵਧੀਆ ਵਧੀਆ ਜੀ ਕੁਲਵਿੰਦਰ ਸੋਮਲ ਯੂਕੇ ਬਾਈ ਕੁਲਵਿੰਦਰ ਸੋਮਲ ਸਮੁੰਦਗੜੀਆ ਬਹੁਤ ਬਹੁਤ ਸਵਾਗਤ ਆ ਜੀ ਯੂਪੀ ਲੂਜ਼ ਕਰ ਗਈ ਰੂਬੀ ਚੀਮਾ ਜੀ ਜੋਧਪੁਰੀ ਨੂੰ ਹਰ ਗਈ ਸੈਮੀਫਾਈਨਲ ਮੈਚ ਯੂਪੀ ਸ਼ਾਸਤਰੀ ਵੀਰੇ ਰਾਮ ਰਾਮ ਬਾਈ ਜੀ ਬਿੰਦਰ ਰਾਣਾ ਰਾਮ ਰਾਮ ਬਾਈ ਜੀ ਜੋਧਪੁਰੀਆ ਤੇ ਬਰਸੀਕਰੀ ਦਾ ਸੁਪਰ ਫਾਈਨਲ ਮੈਚ ਆ ਜੀ ਬਰਸੀਕਰੀ ਚ 2-2 ਮਾਜਰਾ ਟਾਪ ਦਾ ਮੈਚ ਖੇਡਿਆ ਜਾ ਰਿਹਾ ਨੌਜਵਾਨਾਂ ਚਾਂਗਲੀ ਵਾਲੇ ਇਹਨਾਂ ਦੇ ਵੀ ਰਿਕਾਰਡ ਵੱਡੇ ਰਹੇ ਆ ਕੋਈ ਪਲੇਅਰ ਨੀ ਸੀ ਛੱਡਿਆ ਜਿਹੜਾ ਨਾ ਹਰਾਇਆ ਹੋਵੇ ਤੇ ਇੱਕੋ ਇੱਕ ਧਨੇਠੇ ਦੀ ਟੀਮ ਹੈ ਤੇ ਜਿਹੜੀ ਅਸੀਂ ਕਦੇ ਫੁੱਲ ਚੜ੍ਹਾਈ ਦੇ ਵਿੱਚ ਨਹੀਂ ਹਰਾਈ ਇਹ ਵੀ ਮੇਰੇ ਮਿੱਤਰੋ ਰਿਕਾਰਡ ਆ ਸਹੀ ਆ ਮਨੀਸ਼ ਮਟੌਰ ਬਾਈ ਉਹ ਮੇਰੇ ਮਿੱਤਰ ਇੱਕ ਪੈਸੇ ਦਾ ਵੀ ਨਹੀਂ ਪਹਿਲੀ ਗੱਲ ਚੀਜ਼ਾਂ ਵੀ ਰਾਜਨ ਕੰਬੋਜ ਸਿਰਸਾ ਧੰਨਵਾਦ ਵੀਰੇ ਧੰਨਵਾਦ ਜੀ ਵਾਲੀਬਾਲ 1121 ਕਰੋੜ ਵੈਲਕਮ ਜੀ ਲੱਖਾਂ ਤੇ ਪ੍ਰਾਈਜ਼ ਆ ਗਏ ਫੋਨ ਆ ਰਾਜਨ ਕੰਬੋਜ ਧੰਨਵਾਦ ਵੀਰੇ ਧੰਨਵਾਦ ਸਾਹਿਬ ਤੁਹਾਡੇ ਵਰਗੇ ਭਰਾਵਾਂ ਦੀ ਸਪੋਰਟ ਦਾ ਰਿਕਾਰਡ ਔਰ ਜਦੋਂ ਫੈਸਟਾ ਬਣੇ ਤੇ ਟੁੱਟਿਆ ਬਾਈ ਧੰਨਵਾਦ ਜੀ ਰੱਖੀ ਜਾਂਦੀ ਸੀ ਨਾ ਕਦੇ ਕਦਾਈ ਕੋਈ
ਕੱਪ ਵੀ ਰੱਖਿਆ ਜਾਂਦਾ ਸੀ। ਇਹ ਜੈਮਲ ਬਾਈ ਕਹਿੰਦਾ ਵੀ ਵਿਆਹ ਤੋਂ ਵੱਧ ਖੁਸ਼ੀ ਹੁੰਦੀ ਸੀ, ਪਰ ਅੱਜ ਸਮਾਂ ਕੁਝ ਹੋਰ ਹੈ ਔਰ ਲਾਈਵ ਦਾ ਦੌਰ ਹੈ। ਮੇਰੇ ਵਰਗਾ ਕੋਈ ਇੱਕ ਦੀ ਬਹਾਲ ਲਾ ਕੇ ਸੁਨੀਲ ਚੌਧਰੀ ਜੋਧਪੁਰ ਨੌ ਜੀਰੋ ਤੋਂ ਸਾਈਡਾਂ ਚੇਂਜ, ਦੁਨੀਆ ਨੇ ਕਹਿ ਦਿੱਤੀ ਨੌ ਜੀਰੋ ਤੋਂ ਸਾਈਡਾਂ ਚੇਂਜ। ਕਿੰਨੇ ਬਾਈ? ਨੌ ਜੀਰੋ। ਓਕੇ ਜੀ, ਬਹੁਤ ਬੜਾ ਧੰਨਵਾਦ ਜੋਧਪੁਰੀਏ, ਐਨ ਫੈਟਾ ਪੂਰੇ ਬਾਈ। ਫਿਰ ਤੁਸੀਂ ਬਾਈ ਵੱਧ ਮੈਚ ਕਿਉਂ ਹਾਰੇ? ਤੁਹਾਡੇ ਵੀ ਯਾਦ ਹੋਇਆ ਜੀ ਗੱਲ ਨਹੀਂ ਯਾਰ। ਬਾ ਜਿਵੇਂ ਹੁਣ ਤੂੰ ਯਾਰ ਜੰਗ ਕਹਿ ਲਾ, ਜਿਵੇਂ ਮੰਨ ਲਾ ਉਦੋਂ ਖਨਾਲ ਦੇ ਧਨੇਠੇ ਦੀ ਜਾਂ ਸਹਿਬਾਜਪੁਰੇ ਦੇ ਧਨੇਠਾ, ਤਿੰਨਾਂ ਦੀ ਜੰਗ ਹੁੰਦੀ। ਸਹਿਬਾਜਪੁਰ ਦੀ ਪਹਿਲਾਂ ਦੀ ਪਿੰਡ ਦੀ ਟੀਮ ਚੰਗੀ ਸੀ ਬਾਈ? ਤਿੰਨਾਂ ਦਾ ਮੈਚ ਬਸ ਤੂੰ ਐਂ ਬਹੁਤ ਤਕੜੇ ਮੈਚ, ਤਿੰਨੇ ਟੀਮਾਂ ਦੇ ਤਾਂ। ਜਿਹੜੇ ਮੁੰਡੇ ਬਾਈ ਗੁਜਰਾਂ ਵਾਲੇ ਚੈਣੇ ਵਰਗੇ ਆ, ਇਹ ਵੀ ਕਿਸੇ ਮੈਚ ਦੀ ਆ? ਇਹ ਪਹਿਲੇ ਥੋੜ੍ਹਾ ਜਿਹਾ ਪਹਿਲੇ ਦੌਰ ਦੀ ਲਾ ਲਾ ਦਵਿੰਦਰ, ਕਾਫੀ ਸਾਲ ਹੋ ਗਏ ਉਹਨੂੰ ਦਵਿੰਦਰ ਜਦੋਂ ਮਨ ਬਾਹਰ ਵੱਗ ਗਿਆ ਉਦੋਂ ਦੀ, ਉਹ ਤਾਂ ਪਹਿਲੇ ਦੌਰ ਦੀ ਲਾ। ਉਸ ਤੋਂ ਬਾਅਦ ਮਨ ਜਦੋਂ ਹਾਂ ਜੋਗੀ ਵਾਲਾ ਨਹੀਂ ਆਈ ਵੀਰੇ, ਜੋਗੀ ਵਾਲੀ ਟੀਮ ਨਹੀਂ ਆਈ ਜੀ। ਤਰਨ ਤਲਵਾੜਾ ਨਹੀਂ ਆਇਆ ਵੀਰੇ, ਨਹੀਂ ਆਇਆ ਜੀ। ਮੁੰਡਾ ਗਿੱਲ ਸਰਦਾਰਾਂ ਦਾ ਵੀਰੇ, 9-0 ਸਕੋਰ ਆ ਜੀ, 9 ਜੋਧਪੁਰੀ ਆ। ਬਹੁਤ ਬੜਾ ਧੰਨਵਾਦ, ਜਿਹੜਾ ਮੈਚ ਖੇਡੇ ਜਾ ਰਹੇ ਨੇ ਔਰ ਟੀਮਾਂ ਮੇਰੇ ਮਿੱਤਰੋ ਬਹੁਤ ਵੱਡੀਆਂ ਨੇ। ਭਾਈ ਜੋਸ਼ੀ ਵਰਗੇ ਦਾ ਬਹੁਤ ਵੱਡਾ ਧੰਨਵਾਦ ਹੈ, ਗਰੇਵਾਲ ਪਰਿਵਾਰ ਦਾ ਕਹਿੰਦੇ ਵਾਰਸ ਆ ਮੇਰੇ ਮਿੱਤਰੋ, ਤੇ ਗਰੇਵਾਲ ਗੋਤ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਔਰ ਚਰਚੇ ਦੁਨੀਆਂ ਦੇ ਵਿੱਚ ਆ। ਅੱਜ ਵੀ ਕਹਿੰਦੇ ਉਹ ਸੂਰਵੀਰ ਯੋਧੇ ਨੂੰ ਦੁਨੀਆ ਪਿਆਰ ਕਰਦੀ ਆ, ਪਰ ਇਧਰ ਮੁੰਡੇ ਫਾਂਸੀ ਨਾ ਦੁਨੀਆ ਚੇਤੇ ਕਰਦੀ, ਰਾਣੀ ਝਲਸੀ ਵਿੱਚ ਮੈਦਾਨਾਂ ਲੜਦੀ, ਕੱਚੇ ਘੜੇ ਦੀ ਗੱਲ ਨੀ ਸੀ ਹੋਣੀ, ਜੇ ਸੋਹਣੀ ਝਰਾਣਾ ਤਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ, ਜੇ ਹੀਰ ਇਸ਼ਕ ਨਾ ਕਰਦੀ ਛਾਤੀ ਵਿੱਚ ਬਲ ਨਾ ਹੋਵੇ। ਬਾਈ ਤੂੰ ਤੇ ਅੱਜ ਵੀ ਇੰਨਾ ਤਕੜਾ ਤੇ ਮਿੱਤਰ, ਤੇਰੀ ਦੁਨੀਆ ਅੱਜ ਵੀ ਫੈਨ ਹੈ ਤੇ ਫੈਨ ਹਮੇਸ਼ਾ ਰਹੂਗੀ। ਇੱਕ ਚੰਗਾ ਖਿਡਾਰੀ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਇੱਕ ਚੰਗੇ ਖਿਡਾਰੀ ਦੇ ਹੋਣ ਨਾਲ ਇੱਕ ਚੰਗਾ ਇਨਸਾਨ ਹੋਣਾ ਇਹ ਸਭ ਤੋਂ ਵੱਡੀ ਗੱਲ ਆ ਵੀਰੇ। ਔਰ ਚੰਗਾ ਉਹੀ ਬਣਦਾ ਔਰ ਜਿਹਦੀ ਪਰਵਰਿਸ਼ ਤੇ ਜਿਹਦੇ ਵਿੱਚ ਕੋਈ ਹੰਕਾਰ ਨਾ ਦਾ ਸ਼ਬਦ ਨਾ ਹੋਵੇ। ਜੇ ਅਨਿਲ ਜੋਧਪੁਰੀਆ 0 ਤੇ ਹਰਾ ਗਿਆ ਤਾਂ 1100 ਗੁਰਸਿਮਰ ਯੂਕੇ ਉਧਰ ਗੁਰਸਿਮਰ ਦਾ ਭਰਾ ਸਾਡਾ ਯੂਕੇ ਵਾਲਾ ਉਹ ਕਹਿੰਦਾ ਵੀ ਜੇ ਮੁੰਡੇ ਜੋਧਪੁਰੀਏ ਬੜਸਿੰਗਰੀ ਦੀ ਟੀਮ ਦੀ ਰੱਖਦੇ ਆ 0 ਤੇ ਨੰਬਰ 1 ਵੀ ਨਹੀਂ ਦਿੰਦੇ, ਇਹ ਭਰਾ ਕਹਿੰਦਾ ਵੀ ਆਪਾਂ ਅਨਿਲ ਦਾ ਸਨਮਾਨ ਆ ਜੀ, ਅਨਿਲ ਦਾ ਸਨਮਾਨ ਜਿਹੜਾ ਉਹ 1100 ਦੀ ਸਕੋਰ ਮੇਰੇ ਹਿਸਾਬ ਨਾਲ 10-0 ਆ ਬਿੰਦਰ ਰਾਣਾ ਜੀ, ਬਾਤ ਹੋਈ ਸੀ 10 ਜੋਧਪੁਰੀਆ ਤੇ ਮੈਂ ਸੋਚਦਾ ਹੁੰਦਾ ਸੀ ਵੀ ਕੋਈ ਕਿੱਦਾਂ ਦਾ ਹੋਊਗਾ, ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ ਔਰ ਪਤਾ ਨਹੀਂ ਕੋਈ ਕਿਵੇਂ ਕੋਈ ਸੱਦੂਗਾ ਕਿ ਨਾ ਕੀ ਫਿਊਚਰ ਹੋਣਾ, ਪਰ ਬਾਬੇ ਨਾਨਕ ਦੀ ਕਿਰਪਾ ਹੋਈ ਨਾ ਜਾਣੋ। ਪਰ ਇੱਧਰ ਵੀ ਮੈਚ ਬਹੁਤ ਚੋਟੀ ਦਾ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਨੌਜਵਾਨਾਂ, ਵੀ ਭੀੜ ਵਿੱਚ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ, ਲਓ ਸਾਹਮਣੇ ਇੱਧਰ ਗੱਲਾਂ ਬਾਤਾਂ ਉਹ ਵੱਡੀਆਂ ਨੇ, ਉਹ ਬੱਲੇ ਬੱਲੇ ਜਿਹੜੀ ਹੋਈ ਪਈ ਆ ਨੌਜਵਾਨਾਂ, ਦੁਨੀਆਂ ਦੇ ਟੌਪ ਦੇ ਖਿਡਾਰੀ ਖੇਡਦੇ ਆ, ਵੱਡੇ ਮੱਲਾਂ ਦੀ ਟੱਕਰ ਹੈ ਖੇਡਦੇ ਗਰਾਊਂਡ ਦੇ ਅੰਦਰ, ਮੈਚ ਬਹੁਤ ਨੌਜਵਾਨਾਂ ਇਸ਼ਕੇ ਦਾ ਵੈਰੀ ਰਿਹਾ ਮੁੱਢ ਤੋਂ ਸਮਾਜ ਵੇ, ਵੀ ਸੁਣਨਾ ਸੁਣਨਾ ਲੱਗੂ ਤੈਨੂੰ ਭਾਈ ਕੇ ਸਮਾਜ ਵੇ, ਤੱਤੜੀ ਨੂੰ ਐਵੇਂ ਮੇੜੇ ਦੇਣਾ ਮਾਰੀ ਦੂਰ ਰਹਿ ਕੇ ਮੈਂ ਵੀ ਆਹ ਮਨ ਸਮਝਾਇਆ ਕਰੂੰਗੀ, ਰੋਂਦੇ ਉਹਨਾਂ ਨੂੰ ਹੁੰਦੇ ਆ ਜਿਹੜੇ ਮੁਰਗੇ ਨਹੀਂ ਆਉਂਦੇ, ਮੈਂ ਤੇ ਸੋਹਣਿਆ ਮਿਲਣ ਤੈਨੂੰ
ਆਇਆ ਕਰੂਗੀ ਉਹ ਗੱਲਾਂ ਬਾਤਾਂ ਵੱਡੀਆਂ ਹੋਈਆਂ ਨੇ ਓਕੇ ਓਕੇ ਰਵੀ ਪੂਨੀਆ ਬਾਈ ਜੀ ਹੋਇਆ ਮੇਰੇ ਪੇਟ ਦੀ ਖੇਡਦੇ ਗਰਾਊਂਡ ਦੇ ਵਿੱਚ ਆਓ ਬੱਲੇ 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 ਸਮਾਨ ਰਵੀ ਪੂਨੀਆ ਆਪਣਾ ਕੰਟਰੀ ਕਿਹੜੀ ਆਪਣੇ ਆਸਟ੍ਰੇਲੀਆ ਸੀ ਕਿ ਕੈਨੇਡਾ ਸੀ ਉਹ ਕਰ ਦਿਓ ਜਾਣਕਾਰੀ ਵਾਧਾ ਜੀ ਰਵੀ ਪੂਨੀਆ ਜੀ ਵੱਡੇ ਪੱਧਰ ਦੇ ਉੱਤੇ ਭਾਵੇਂ 12 ਤੋਂ ਪਲੱਸ ਟਾਈਮ ਹੋ ਗਿਆ ਬਾਈ ਰਵੀ ਪੂਨੀਆ ਜਲਾਲ ਦੀਆਲ ਓਕੇ ਜੀ ਲਾਈਵ ਹੈ ਜਲਾਲ ਦੀਆਲ ਦਾ ਟੂਰਨਾਮੈਂਟ ਅਨਾਊਂਸ ਕਰ ਦਿਓ ਓਕੇ ਜੀ ਓਕੇ ਬਹੁਤ ਬਹੁਤ ਸ਼ੁਕਰੀਆ ਉਧਰ ਬਾਈ ਰਵੀ ਆ ਭਰਾ ਸਾਡਾ ਰਵੀ ਪੂਨੀਆ ਜਲਾਲ ਦੀਵਾਲ ਪਿੰਡ ਸਾਡਾ ਵੀਰ ਆ ਕੈਨੇਡਾ ਕੈਨੇਡਾ ਔਰ ਜਾ ਵਸੇ ਵਿੱਚ ਕੈਨੇਡਾ ਦੇ ਤੇ ਭਰਾ ਕਹਿੰਦਾ ਵੀ 16 ਜਿਹੜੀ ਤਰੀਕ ਆ ਉਹ ਜਲਾਲ ਦੀਵਾਲ ਦੇ ਸਾਰੀ ਟੀਮ ਦਾ ਮਾਨ ਜਿਹੜਾ ਉਹ 500 ਦੇ ਨਾਲ ਕੀਤਾ ਜਾਵੇਗਾ ਪਰ ਪਲੇਅਰ ਦਾ ਸਨਮਾਨ ਹੈ ਨਾ ਵੀਰ ਪਰ ਪਲੇਅਰ ਦਾ ਸਨਮਾਨ ਜਿਹੜਾ ਉਹ 500 ਦੇ ਨਾਲ ਕੀਤਾ ਜਾਵੇਗਾ ਨਹੀਂ ਨਹੀਂ ਕੋਈ ਚੱਕਰ ਨਹੀਂ ਰਵੀ ਬਾਈ ਓਕੇ ਓਕੇ ਜੀ ਅੰਕਿਤ ਗੁਲੀਆ ਕੈਨੇਡਾ ਜੀ ਜੇ ਸੋਟੂ ਮੈਚ ਵਿਨ ਕਰੇ ਤਾਂ 3100 ਅੰਕਿਤ ਗੁਲੀਆ ਕੈਨੇਡਾ ਅੰਕਿਤ ਗੁਲੀਆ ਕੈਨੇਡਾ ਗੁਲੀਆ ਕੈਨੇਡਾ ਉਹਨਾਂ ਦਾ ਬਹੁਤ ਬੜਾ ਧੰਨਵਾਦ ਉਹ ਵੀ ਲਾਈਵ ਜੁੜੇ ਹੋਏ ਆ ਔਰ ਉਹ ਵੀਰ ਕਹਿੰਦੇ ਜੇ ਛੋਟੂ ਮੈਚ ਵਿਨ ਕਰਾਉਂਦਾ ਤੇ ਆਪਣੇ ਵੱਲੋਂ 3100 ਦਿੱਤਾ ਜਾਵੇਗਾ ਸਹੀ ਹੈ ਸਹੀ ਹੈ ਮੈਸਰ ਖਾਨੇ ਵਾਲਾ ਗਰਲਾਲ ਆਇਆ ਬਿਲਕੁਲ ਗੁਰਮੁਖ ਭੋਜੋ ਵਾਲੀ ਬਾਈ ਗੁਰਮੁਖ ਭੋਜੋ ਵਾਲੀ ਹਾਂ ਗੁਰਮੁਖ ਕੰਬਾਈਨਾਂ ਦਿੱਤੀਆਂ ਜਾਣਗੀਆਂ ਗੁਰਮੁਖ ਇਹ ਵੀ ਵਿਚਾਰੇ ਬਹੁਤ ਕਿੰਨੇ ਆ ਬਿੰਦਰੀ 11 ਨੇ ਉਧਰ ਬਹੁਤ ਬੜਾ ਧੰਨਵਾਦ ਆ ਭਾਈ ਵਾਹ ਇਧਰ ਵੀ ਚਰਚੇ ਆ ਮੇਰੇ ਮਿੱਤਰਾਂ ਖੇਡ ਗਰਾਊਂਡ ਦੇ ਅੰਦਰ ਹੁਣ ਰਾਤ ਵੀ ਉੱਡ ਗਈ ਤੇ ਆਸ ਪਾਰਸਾ ਮੁੱਕ ਗਈ ਰੋਂਦੀ ਰੋਂਦੀ ਭੈਣ ਨੇ ਰੱਖੜੀ ਮੁੱਠੀ ਦੇ ਵਿੱਚ ਕੁੱਟ ਲਈ ਰੋਂਦੀ ਰੋਂਦੀ ਭੈਣ ਨੇ ਰੱਖੜੀ ਮੁੱਠੀ ਦੇ ਵਿੱਚ ਕੁੱਟ ਲਈ ਹਾਂਜੀ ਸਰ ਜੇ ਸੋਟੂ ਜਿੱਤੇ 1100 ਰੌਕੀ ਜੈਰਾਮਪੁਰ ਉਧਰ ਚੌਕੀ ਰੌਕੀ ਸੋਰੀ ਰੌਕੀ ਜੈਰਾਮਪੁਰ ਉਸ ਭਰਾ ਸਾਡਾ ਚੱਲਦਾ ਹੋਇਆ ਮੈਚ ਸਹੀ ਹੈ ਸਹੀ ਹੈ ਮਹੇਸ਼ ਗੁਜਰ ਦਾ ਜੋਰੀਆ ਤੇ ਆਪਾਂ 1100 ਦੇ ਦੇਵਾਂਗੇ ਹਾਂ ਕਲਾਕਾਰ ਜੀ ਵਾਹ ਚਰਚੇ ਵੱਡੇ ਆ ਬਹੁਤ ਸਤਿਕਾਰਯੋਗ ਵੀਰ ਆ ਸਾਡੀ ਜ਼ਿੰਦਗੀ ਦਾ ਹਾਂ ਦੁਆ ਵਾਲੇ ਭਰਾ ਦੇ ਲਈ ਔਰ ਬਹੁਤ ਟਾਪ ਦਾ ਮੈਚ ਪਰ ਇੱਧਰ ਮੈਨੂੰ ਲੱਗਦਾ ਵੀ ਕੋਚ ਸਾਹਿਬ ਗਲਤੀ ਕਰ ਗਏ ਆ ਗਰਾਊਂਡ ਦੇ ਅੰਦਰ ਵੇਖਣ ਹੋ ਜਾਣਾ ਔਰ ਚਰਚੇ ਆ ਮੇਰੇ ਮਿੱਤਰੋਂ ਖੇਡਦੇ ਗਰਾਊਂਡ ਦੇ ਅੰਦਰ ਮੈਚ ਬਹੁਤ ਟਾਪ ਦਾ ਔਰ ਟੀਮਾਂ ਕਹਿੰਦੇ ਵੱਡੀਆਂ ਨੇ ਅੱਜ ਦੇ ਇਸ ਵੱਡੇ ਕੱਪ ਦੇ ਉੱਤੇ ਸਾਦਿਕ ਗੁੱਜਰ ਜੀ ਹੋਣਗੀਆਂ ਮੇਰੇ ਮਿੱਤਰਾਂ 17 ਦਾ ਮੈਚ ਉਰੇ ਬਹੁਤੀ ਹਵਾ ਨਹੀਂ ਕਰੀਦੀ ਆ ਕੇ ਹੰਕਾਰ ਵਿੱਚ ਕਦੇ ਗੱਲ ਨਹੀਂ ਕਰੀਦੀ ਉਹਦਿਆਂ ਰੰਗਾਂ ਦਾ ਕੁਝ ਪਤਾ ਲੱਗੇ ਨਾ ਉਹ ਸਿਰਾ ਸਮੈਸ ਹੋਏ ਮੁੰਡਿਆ ਕਪਿਲ ਪੀਰ ਖੇੜਾ ਤੇ ਨਹੀਂ ਸਮੈਲ ਆ ਗਿਆ ਮਾਨ ਦੱਸ ਕਿਹੜੀ ਗੱਲ ਦਾ ਇੱਥੇ ਚੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਉਹ ਕਰਦਾ ਏ ਮਾਨ ਦੱਸ ਕਿਹੜੀ ਗੱਲ ਦਾ ਇੱਥੇ ਚੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਨੰਬਰ ਉੱਧਰ 11 ਵੀ ਆ ਗਰਲਾਲ 12 ਤੇ ਸੋਟੂ ਦੀ ਇੱਧਰ ਧਿਆਨ ਦੇ ਮੜਾ ਦੋ ਸਕੀਮਾਂ ਨੇ ਬੋਲੋ ਜੀ ਸੋਟੂ ਦੀ ਸਿੰਗਲ ਐਂਡ ਸਮੈਸ 200 ਦੀ ਅਜੇ ਖੜਵਾਲੀ ਕੈਨੇਡਾ ਉਧਰ ਅਜੇ ਖੜਵਾਲੀ ਕੈਨੇਡਾ ਭਰਾ ਸਾਡਾ ਕਹਿੰਦਾ ਵੀ ਜੇ ਛੋਟੂ ਮਾਜਰਾ ਸਿੰਗਲ ਐਂਡ ਦੀ ਸਮੈਸ ਮਾਰਦਾ ਤੇ 200 ਦਿੱਤਾ ਜਾਵੇਗਾ ਬਹੁਤ ਵੱਡਾ ਧੰਨਵਾਦ ਆ ਦੂਸਰੀ ਜੀ ਦੂਜੀ ਸਕੀਮ ਹੈਗਾ ਛੋਟੂ ਮਾਜਰਾ ਮੈਚ ਜਿੱਤੇ ਸਾਦਿਕ ਗੁੱਜਰ ਵੱਲੋਂ 2100 ਉਧਰ ਸਾਦਿਕ ਗੁੱਜਰ ਭਰਾ ਸਾਡਾ ਉਹ ਕਹਿੰਦਾ ਵੀ ਜੇ ਚੱਲਦਾ ਹੋਇਆ ਮੈਚ ਛੋਟੂ ਮਾਜਰਾ ਜਿੱਤ ਜਾਵੇ ਤੇ ਆਪਾਂ 2100 ਦੇ ਨਾਲ ਵੱਡੇ ਮਾਣ ਕਰ ਦੇਣੇ ਆ ਨੌਜਵਾਨਾਂ ਅੰਕਿਤ ਗੁਲੀਆ ਬਹੁਤ ਵੱਡਾ ਧੰਨਵਾਦ ਉਧਰ ਅੰਕਿਤ ਗੁਲੀਆ ਕੈਨੇਡਾ 4400 ਹੋਰ ਗੱਲਾਂ ਬਾਤਾਂ ਵੱਡੀਆਂ ਨੇ ਉਹ ਕਹਿੰਦਾ ਵੀ ਜੇ ਮੁੰਡੇ ਬਰਸਿੰਗਰੀ ਵਾਲੇ ਜਿੱਤ ਜਾਣ ਤੇ ਆਪਾਂ ਛੋਟੂ ਦਾ ਮਾਣ 4100 ਜੋਧਪੁਰੀਏ ਫੇਟਣੇ ਕੋਈ ਸ਼ੱਕ ਨਹੀਂ ਹੈ ਗੱਲ ਦੀ ਜੀ ਲਓ ਸਾਹਮਣੇ ਸਕੋਰ ਫੇਟਾ ਮੇਰੇ ਮਿੱਤਰੋ ਉਧਰ ਹਾਲੇ 12 ਤੇ ਮਿੱਤਰਾ ਖਾਤਾ 12-0 ਆ ਜੀ 12-0 17 ਦੀ ਗੇਮ ਹੁੰਦੇ ਆ ਉਹ ਚਾਂਗਲੀ ਵਾਲਿਆ ਤੇ ਹੁਣ ਮਹੀਨਾ ਕਹਿੰਦੇ ਔਰ ਲੀਪ ਦਾ ਚੱਲਦਾ ਵੀ ਆਉਂਦੇ ਬੁਰੇ ਬੁਰੇ ਜੱਟ ਨੂੰ ਖਿਆਲ ਲੱਗਦਾ
ਬਗਾਨੀ ਹੋਵੇਗੀ। ਆਓ ਕਹਿੰਦੇ ਲੀਪ ਮਹੀਨਾ ਚੱਲਦਾ ਹੈ, ਇਹ ਚਰਚੇ ਹੋਣਗੇ 29 ਫਰਵਰੀ ਨੂੰ ਰੌਣਕਾਂ ਕੋਟ ਕਰੋੜ ਦੀ ਧਰਤੀ ਹੋਣੀ ਹੈ, ਇਹ ਚਰਚੇ ਹੋਣਗੇ ਮੇਰੇ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਰੌਣਕਾਂ ਲਾਵਾਂਗੇ। ਅਤੇ ਮੈਨੂੰ ਲੱਗਦਾ ਵੀ 27-28 ਨੂੰ ਵੀ ਮੇਲਾ ਖੇਡਿਆ ਜਾਣਾ। ਆਓ ਬੱਲੇ 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 ਲਓ ਸਾਹਮਣੇ ਮੈਚ ਬਾਅਦ ਟਾਪਲਾ ਖੇਡਿਆ ਜਾ ਰਿਹਾ, ਮੁੰਡੇ ਨੰਬਰ 12 ਤੋਂ 13 ਦੀ ਭਾਲ ਦੇ ਵਿੱਚ ਨੌਜਵਾਨਾਂ, ਰੌਣਕਾਂ ਜਿਹੜੀਆਂ ਵੱਡੀਆਂ ਨੇ ਖੁੱਲ੍ਹੇ ਹਿਲਾ ਰਹੇ ਆ ਨੌਜਵਾਨਾਂ, ਔਰ ਦੁਨੀਆਂ ਦੇ ਫੱਡੇ ਮੱਲ ਜਿਹੜੇ ਉਹ ਅੱਜ ਆਪਣੇ ਕੋਲੇ ਪੱਜੇ ਹੋਏ ਆ। ਇਹ ਧਰਤੀ ਮੇਰੇ ਮਿੱਤਰੋ ਬੱਗੂ ਵਾਲਾ ਪਿੰਡ ਹੈ, ਤਾਂ ਉਹ ਦੁਨੀਆਂ ਦੇ ਕਹਿੰਦੇ ਨਕਸ਼ੇ ਦੇ ਉੱਤੇ ਵੱਖਰਾ ਕਹਿੰਦੇ ਸਥਾਨ ਹੈ ਇਸ ਨਗਰ ਦਾ, ਪਰ ਸਾਹਮਣੇ ਮੇਰੇ ਮਿੱਤਰੋ ਆਹ ਦੁਨੀਆਂ ਦੇ ਵੱਡੇ ਮੱਲ ਜਿਹੜੇ ਭਿੜ ਰਹੇ ਆ ਵੀ ਅਣਖੀ ਨਾ ਕਦੇ ਕਿਸੇ ਵੱਲੋਂ ਥੁੜਿਆ, ਮਰਦਾਂ ਦੇ ਨਾਲ ਹੈ ਸਰਕਲ ਜੁੜਿਆ, ਜਿਹਦੀ ਹੋਵੇ ਬਣੀ ਉਹ ਕਦੇ ਨਹੀਂ ਡੋਲਦਾ, ਇਹ ਝੂਠਾ ਬੰਦਾ ਹਰ ਥਾਂ ਤੋਂ ਖਾਲੀ ਮੁੜਿਆ ਛੱਡਣਾ ਨਹੀਂ, ਐਵੇਂ ਕਹਿੰਦੇ ਦਿਲ ਚਾਹੀਦਾ ਮਰਦਾਂ ਦੇ ਉੱਤੇ ਚੜ੍ਹਦੀਆਂ ਲੈਂਦੀਆਂ ਜ਼ੋਰਾਂ ਨਾਲ ਸ਼ੇਰ 12-0 ਹੋਰ ਕਿਹੜਾ ਜੰਗਲਾਂ 'ਚ ਆਹ ਵੋਟਾਂ ਪੈਂਦੀਆਂ, ਆਹ ਜ਼ੋਰਾਂ ਨਾਲ ਸ਼ੇਰ ਕਰਦੇ ਆ ਰਾਜ ਜੀ ਮਹਿਤਾਬ ਗੁੱਜਰ ਜੀ ਵੋਟਾਂ ਪੈਂਦੀਆਂ ਇਹਦੇ ਵਿੱਚ ਕੋਈ ਇੱਕ ਟਾਪ ਦਾ ਮੈਚ ਜਿਹੜਾ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ 12 ਤੋਂ 13 ਨੰਬਰ ਆਹ ਮਿੱਤਰਾਂ ਹਾਲੇ ਤੱਕ ਹੋਏ ਨਹੀਂ। ਮਹਿਤਾਬ ਗੁੱਜਰ ਜੀ ਕਹਿ ਰਹੇ ਨੇ ਜੇ ਛੋਟੂ ਮਾਜਰਾ ਨੰਬਰ ਜੋੜਦਾ ਤੇ ਆਪਾਂ 100 ਦੇ ਦਿਆਂਗੇ, ਪਰ ਹੁਣ ਮਿੱਤਰਾ ਨੰਬਰ ਜੋੜੂ ਤੇ ਜੋੜੂ ਕਿਹੜਾ ਇੱਕ ਨੰਬਰ ਹੀ ਉਹ ਸੁਣਿਆ ਵੀਰਾ ਪਹਾੜ ਬਣਿਆ ਪਿਆ, ਔਰ ਨੰਬਰ ਕਿਹੜੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਆਹ ਮੇਰੇ ਮਿੱਤਰੋ ਇਹ ਤੇ ਸਮੇਂ ਦੀਆਂ ਉਹ ਗੱਲਾਂ ਬਾਤਾਂ ਹੋਣਗੀਆਂ, ਪਰ ਕੈਪਟਨ ਪੂਰਾ ਫਿੱਟ ਆ। ਉੱਧਰ ਵੀਰ ਨੇ ਸਾਡੇ ਜਿੰਨੇ ਵੀ ਮਾਣ ਆ ਜ਼ਿੰਦਗੀ ਦੇ ਉਹ ਲਾਈਵ ਜਿਹੜੇ ਹੋਏ ਨਾ ਮੈਚਾਂ ਦੇ ਨਾਲ ਸਾਰੇ ਵੀਰਾਂ ਦਾ ਧੰਨਵਾਦ ਆ, ਤੇ ਮੈਨੂੰ ਲੱਗਦਾ ਵੀ ਨੰਬਰ ਪਹਿਲਾਂ ਜੁੜ ਗਿਆ ਵੀਰਿਆ ਸਕੋਰ ਹੋ ਗਿਆ 0-12 ਫਿਰ ਚੇਂਜ ਆ ਵੀਰੇ ਬਾਈ ਨਵਾਬ ਨੀ ਖੇਡਦਾ ਕੀ ਗੱਲ ਹੋ ਗਈ, ਨਵਾਬ ਪਾਕਿਸਤਾਨ ਗਿਆ ਹੋਇਆ ਹੋਰ ਪੁੱਛ ਗਈ ਐਸੇ ਹੁਣੀ ਗਿਆ ਕਿਵੇਂ ਪਤਾ ਨੀ ਬਈ ਯਾਰ ਪਾਕਿਸਤਾਨ ਬਿਆਨ ਤੋਮਰ ਓਕੇ ਓਕੇ ਵੀਰੇ ਗੁਰੀ ਚਹਿਲ ਜੱਸਾ ਲੂਜ਼ ਕਰ ਗਿਆ ਜੀ ਵੀਰੇ ਮੈਨੂੰ ਮੈਂ ਪੁੱਛਿਆ ਸੀ ਅੱਜ ਫੋਨ ਮੈਂ ਸਵੇਰੇ ਲਾਏ ਸੀ ਮੈਂ ਕਿਉਂ ਨਹੀਂ ਆ ਰਿਹਾ ਖੇਡਣ ਕਮੈਂਟ ਆਇਆ ਸੀ ਮੈਂ ਦਿਲ ਸਾਹਿਬ ਨਵਾਬ ਫੋਨ ਨਹੀਂ ਲੱਗਿਆ ਤੇਰਾ ਕਹਿੰਦਾ ਰਿਸ਼ਤੇਦਾਰੀਆਂ ਨੇ ਬਹੁਤ ਰਿਸ਼ਤੇਦਾਰੀਆਂ ਜਿਹੜਾ ਇਹਦਾ ਜਿਵੇਂ ਆਪਾਂ ਤਾਇਆ ਕਹਿੰਦੇ ਹਾਂ ਤਾਇਆ ਨਹੀਂ ਬਾਪੂ ਕਹਿੰਦੇ ਉਹ ਤਾਂ ਹਰੇਕ ਸਾਲ ਗੇੜਾ ਮਾਰਦਾ ਪਾਕਿਸਤਾਨ 'ਚ ਬਹੁਤ ਰਿਸ਼ਤੇਦਾਰੀਆਂ ਨੇ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਹੈ। ਔਰ ਅੱਜ ਤੇ ਲਾਈਵ ਤੇ ਵੀ ਨਹੀਂ ਆਇਆ ਭਰਾ ਸਾਡਾ, ਪਰ ਉਹ ਵੀ ਯਾਰਾਂ ਦਾ ਯਾਰ ਹੈ ਜ਼ਿੰਦਗੀ ਦਾ ਰੰਗਲਾ ਸੱਜਣ ਹੈ। ਔਰ ਚਰਚੇ ਜਿਹੜੇ ਹੋਏ ਆ ਬਿੰਦਰੀ ਸਾਡਾ ਵੀਰ ਆ, ਇਹ ਇਧਰ ਪੈਸਟਾਂ ਦੇ ਲਈ ਐਲਈਡੀਆਂ ਹੋਣਗੀਆਂ ਮੇਰੇ ਮਿੱਤਰੋ 12-0 ਹੋਣਗੀਆਂ ਵੀ ਮੈਂ ਫਸਲ ਵੇਚ ਕੇ ਆਇਆ ਨੀ ਤੇਰਾ ਖਲੋ ਇਹ ਮੈਚ ਹੈ ਜੀ ਬੜਸ਼ਿੰਗਰੀ ਤੇ ਜੋਧਪੁਰੀਆ ਸੋਡੂ ਦੇ ਨਾਲ ਦੀ ਟੱਕਰ ਨਾਲੇ ਹੀਰਾ ਬੋਲਦੀਆਂ 12-0 ਸਕੋਰ 17 ਦੀ ਗੇਮ ਆ ਜੀ ਤਸਵੀਰਾਂ ਬੋਲਦੀਆਂ ਮੁਹੰਮਦ ਸਦੀਕ ਸਾਹਿਬ ਨੇ ਗੱਲ ਕੀਤੀ ਆ ਔਰ ਜਿਨ੍ਹਾਂ ਦਾ ਮੇਰੇ ਮਿੱਤਰੋ ਕੁੱਪਕਲਾ ਪਿੰਡ ਜ਼ਿਲ੍ਹੇ ਮਲੇਰਕੋਟਲੇ ਦਾ ਤੇ ਦੁਨੀਆਂ ਨੇ ਆਨੰਦ ਮਾਣਿਆ ਉਹਨਾਂ ਦੀ ਗਾਇਕੀ ਦਾ ਤੇ ਉਹਨਾਂ ਨੇ ਵੀ ਲਗਭਗ 32-33 ਸਾਲ ਮੇਰੇ ਮਿੱਤਰੋ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਆ ਤੇ ਗੱਲਾਂ ਬਾਤਾਂ ਟਿਕਾਣੇ ਲੱਗੀਆਂ ਉਹਨਾਂ ਦੇ ਗੀਤ ਤੇ ਲੋਕੀ ਅੱਜ ਵੀ ਸੁਣਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੇ ਅੱਜ ਕੱਲ੍ਹ ਵਾਲੇ ਕਲਾਕਾਰਾਂ ਦੇ ਗਾਣੇ ਆ ਉਹ ਵੱਧ ਤੋਂ ਵੱਧ ਹੱਥ ਤੱਕ ਹੀ ਚੱਲਦੇ ਆ ਤੇ ਫਿਰ
ਮਿੱਤਰ ਕੋਈ ਹੋਰ ਗਾਣਾ ਆ ਜਾਂਦਾ ਤੇ ਫਿਰ ਕੋਈ ਹੋਰ ਕਮਲ ਜੈਰਾਪੁਰ ਓਲਡ ਹਿੰਦ ਗੋਲਡਨ ਹੈ ਨਾ ਉਹਨਾਂ ਨੂੰ ਦੁਨੀਆਂ ਕਿਹੜੀ ਪਿਆਰ ਕਰਦੀ ਹੈ ਜੇ ਸੋਟੂ ਮੈਂ ਕਿਤੇ 1100 ਕਮਲ ਜੈਰਾਪੁਰ ਉਧਰ ਕਮਲ ਜੈਰਾਪੁਰ ਉਹ ਵੀਰ ਸਾਡਾ ਕਹਿੰਦਾ ਵੀ ਜੇ ਛੋਟੂ ਮੈਚ ਜਿੱਤੇ ਤੇ ਆਪਾਂ 1100 ਦੇ ਦਿਆਂਗੇ ਹਰ ਚਰਚੇ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਟੀਮਾਂ ਦੇ ਖਿਡਾਰੀ ਜਿਹੜੇ ਵੱਡੇ ਆ ਹਰ ਧੰਨ ਧੰਨ ਜਿਹੜੇ ਕਰਵਾ ਰਹੇ ਮੁੰਡੇ ਵੀ ਧੰਨ ਚੋਰ ਜਵਾਨਾਂ ਦਾ ਲੈ ਜਿਹੜ ਭਰਿਆ ਵੇਲਾ ਲੁੱਟ ਕੇ ਆ ਅੜੀਅਲ ਘੋੜੇ ਨੇ ਚੰਦਰੇ ਕਰ ਹੀ ਜਾਂਦੇ ਮਨਮਾਨੇ ਰਾਜੇ ਖਿੱਲੇ ਹੱਟ ਪਿੱਛੇ ਲੋਟੀਆਂ ਪਾਉਂਦੀ ਫੇਰੇ ਜਵਾਨੇ ਅਸਲ ਦੇ ਵਿੱਚ ਨਾ ਵੀਰੇ ਪੋਲਾਂ ਕੋਲ ਤਾਂ ਬੈਠਣਾ ਹੀ ਗਲਤ ਆ ਘੱਟੋ ਘੱਟ 5-5 ਫੁੱਟ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਹੀ ਸਤਿਕਾਰਯੋਗ ਭਰਾ ਸਾਡਾ ਖੜਨ ਵਾਲਾ ਬੰਦਾ ਅਰਸ਼ ਸ਼ਰਮਾ ਘਨੌਰ ਸੱਚ ਲਈ ਹਮੇਸ਼ਾ ਖੜਨਾ ਹੱਕ ਸੱਚ ਦਾ ਸਾਥੀ ਆ ਭਰਾ ਸਾਡਾ ਜਿਹੜਾ ਸੱਚਾ ਤੇ ਉਹਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਾ ਔਰ ਜਿਹੜਾ ਬੰਦਾ ਮੇਰੇ ਮਿੱਤਰੋਂ ਝੂਠਾ ਗਾ ਚਾਹੇ ਕੋਈ ਉਹਦਾ ਆਪਣਾ ਹੀ ਕਿਉਂ ਨਾ ਹੋਵੇ ਤੇ ਉਹ ਵੀਰ ਕਹਿੰਦਾ ਵੀ ਆਪਾਂ ਉਹਦਾ ਵਿਰੋਧ ਕਰੀਦਾ ਦਿਲੋਂ ਧੰਨਵਾਦ ਆ ਜਦੋਂ ਜਦੋਂ ਵੀ ਦਾਸ ਤੇ ਭੀੜ ਪਈ ਆ ਤੇ ਭਰਾ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਰਵੀ ਨਹੀਂ ਆਇਆ ਵੀਰੇ ਰਵੀ ਨਹੀਂ ਆਇਆ ਜੀ ਵੀ ਜਦੋਂ ਵੀ ਘਨੌਰ ਦੇ ਵਿੱਚ ਮੇਲਾ ਹੋਇਆ ਤੇ ਇਹਨਾਂ ਫੁੱਲਾਂ ਦਾ ਮਾਲ ਜਿਹੜਾ ਉਹ ਬਿਗ ਸਰਪ੍ਰਾਈਜ਼ ਦੇ ਨਾਲ ਕੀਤਾ ਜਾਣਾ ਸਕੋਰ ਬਿੰਦਰੀ ਬਹੁਤ ਵੱਡਾ ਧੰਨਵਾਦ ਮੈਂ ਤੇ ਵੀਰਾਂ ਦਾ ਕਰਦਾ 12-0 ਇੱਧਰ ਮੇਰੇ ਮਿੱਤਰੋ 12-0 ਆ ਜੀ 12-0 ਵੀਰੇ 12-0 ਦੀ ਟੱਕਰ ਹੈ ਔਰ ਨੰਬਰ 13 ਹਾਲੇ ਤੱਕ ਜੁੜਿਆ ਨਹੀਂ ਨੰਬਰ 13 ਹਾਲੇ ਤੱਕ ਉਹ ਵੀਰੇ ਜੁੜਿਆ ਨਹੀਂ ਇੱਧਰ ਮਿੱਤਰਾ 12 ਨੰਬਰ ਹੀ ਪਹਾੜ ਬਣਿਆ ਪਿਆ ਇਹ 13 ਨੰਬਰ ਵੀਰੇ ਐਦਾਂ ਮਾਲ ਨਹੀਂ ਫੜਦੇ ਸੋਹਣੇ ਵੀਰ ਨੈਕਸਟ ਟਾਈਮ ਜੋ ਵੀ ਭਰਾ ਬਣ ਕੇ ਫਿਰ ਹਾਂ ਜਿਵੇਂ ਵੀ ਆ ਮੇਰਾ ਡਿੱਗ ਲਿਆ ਕਰਨ ਦੋ ਵੀਰ ਬਣ ਕੇ ਫਿਰ ਤੂੰ ਇਹ ਤਾਂ ਚਲੋ ਟੀਮਾਂ ਸੀਨੀਅਰ ਨੇ ਕਈ ਵਾਰੀ ਗੱਲਬਾਤ ਓਹੋ ਸਾਹਮਣੇ ਨੰਬਰ ਇੱਧਰ 1 ਦੇ ਵਾਧੇ ਹੋਏ ਆ ਔਰ 1 ਤੇ 12 ਦੀ ਟੱਕਰ ਹੈ ਤੇ ਹੁਣ ਮਿੱਤਰਾ ਗੱਲਾਂ ਲੱਗਣੀਆਂ ਟਿਕਾਣੇ ਔਰ ਮੈਨੂੰ ਲੱਗਦਾ ਵੀ ਮਿੱਤਰਾ ਮੈਚ ਜਿਹੜਾ ਉਹ ਗੱਲਾਂ ਬਾਤਾਂ ਟਿਕਾਣੇ ਲਾਉਣਗੇ ਮੁੰਡੇ ਬੜਸਿਕਰੀ ਵਾਲੇ ਵੀ ਇਹ ਵੀ ਕਹਿੰਦੇ ਚੰਗੇ ਉਸਤਾਦਾਂ ਦੇ ਚੰਡੇ ਹੋਏ ਆ ਇਹਨਾਂ ਨੇ ਵੀ ਵੱਡੇ ਮੇਲੇ ਜਿੱਤੇ ਆ ਇਹ ਚਰਚੇ ਦੁਨੀਆਂ ਦੇ ਵਿੱਚ ਕਰਵਾਇਆ ਆਓ ਪੱਲੇ 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 ਪਰ ਗਲਤੀ ਇੱਕ ਮੁੰਡੇ ਨੇ ਹੋਰ ਜਿਹੜੀ ਕਰ ਦਿੱਤੀ ਆ ਨੌਜਵਾਨਾਂ ਵੀ ਖੁੱਲ੍ਹੇ ਜੇ ਮੈਦਾਨ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਸਰੀਰ ਕਿਹਦਾ ਤਕੜਾ ਔਰ ਥੋੜ੍ਹੇ ਟਾਈਮਾਂ ਨੂੰ ਜਿਹੜਾ ਪਤਾ ਲੱਗ ਜਾਣਾ ਨੌਜਵਾਨਾਂ ਲਾਓ ਸਾਹਮਣੇ ਲਾਓ ਮਿੱਤਰਾਂ ਤੇ ਗੱਭਰੂ ਨੇ ਕਮਾਲ ਜਿਹੜੀ ਕੀਤੀ ਪਈ ਆ ਔਰ ਵਾਪਸੀ ਬੜਸਿਕਰੀ ਦੀ ਟੀਮ ਕਰੂ ਜ਼ਰੂਰ ਇਹ ਤੇ ਗੱਲ ਤੈਨੂੰ ਵੀ ਪਤਾ ਨੌਜਵਾਨਾਂ ਵੀ ਮੁੰਡੇ ਇਹ ਵੀ ਚੰਗੇ ਉਸਤਾਦਾਂ ਦੇ ਚੰਡੇ ਹੋਏ ਆ ਔਰ ਨੰਬਰ ਜਿਹੜਾ ਦੂਜਾ ਜੋੜ ਦਿੱਤਾ ਮੁੰਡਿਆਂ ਨੇ 2-12 ਹੋ ਗਏ ਵੀਰੇ 2-12 ਜੀ 2-12 ਵੀਰੇ ਉਹ ਮੁੰਡਿਆਂ ਨੇ 2 ਬੜਸਿਕਰੀ 12 ਜੋਧਪੁਰੀਆ ਵੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਓਕੇ ਓਕੇ ਜੀ ਬਿਸੂ ਕਮੋਜ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਵੀ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਬਿਸੂ ਕਮੋਜ ਕਹਿੰਦਾ ਜੇ ਛੋਟੂ ਜਿੱਤੇ 11-0 ਵਿਸ਼ੂ ਕੰਬੋਜ ਉਧਰ ਵਿਸ਼ੂ ਕੰਬੋਜ ਭਰਾ ਸਾਡਾ ਉਹ ਵੀਰ ਕਹਿੰਦਾ ਵੀ ਜੇ ਚੱਲਦਾ ਹੋਇਆ ਮੈਚ ਛੋਟੂ ਜਿੱਤ ਜਾਵੇ ਤੇ ਆਪਾਂ 1100 ਦੇ ਦਿਆਂਗੇ
ਬੜੇ ਮਾਣ ਵਾਲੀ ਗੱਲ ਹੈ ਨੌਜਵਾਨਾਂ ਉਧਰ ਰਵੀ ਪੁਨੀਆ ਭਰਾ ਸਾਡਾ ਉਹ ਵੀ ਲਾਈਵ ਜਿਹੜਾ ਹੋਇਆ ਅੱਜ ਇਹਨਾਂ ਮੈਚਾਂ ਦੇ ਨਾਲ ਤੇ ਵੀਰਾਂ ਦਾ ਪੱਟਾ ਧੰਨਵਾਦ ਆ ਆਓ ਲਾਲਾ ਲਾਲਾ ਹੋ ਗਈ ਮਿੱਤਰਾਂ ਤੇ ਗਲਤੀ ਇੱਕ ਹੋਰ ਮੁੰਡਿਆਂ ਨੇ ਵੱਡੀ ਕਰ ਦਿੱਤੀ ਹੈ ਗੱਲਾਂ ਪਤਾ ਮਾਜਰੇ ਵਾਲਿਆ ਕਿਤੇ ਦੂਰ ਜਾ ਕੇ ਖੜਨ ਗਿਆ ਇਹ ਵੀ ਕੋਈ ਬਖਸ਼ੀ ਹੋਣੀ ਹਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਖੇਡ ਹੈ ਕਿਸੇ ਗੱਲ ਨਾਲ ਹੀ ਜੁੜਨਾ ਤੇ ਧੱਕੇ ਧੁੱਕੇ ਨਾਲ ਜੋੜਨਾ ਪੈਣਾ ਕੋਚ ਧੰਨਵਾਦ ਜੋਧਪੁਰੀਆਂ ਨੇ ਦੁਨੀਆਂ ਦੇ ਵੱਡੇ ਮੱਲ ਜਿਹੜੇ ਉਹ ਸਾਈਡ ਤੇ ਕਰਕੇ ਖੜਾਦੇ ਆ ਉਹ ਬੱਲੇ 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 ਸਵਾਦ ਆਓ ਬਾਓ ਇਹ ਨੌਜਵਾਨਾਂ ਬਹੁਤ ਟੌਪ ਦਾ ਮੈਚ ਆ ਖੇਡਦੇ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਮੈਚ ਬਹੁਤ ਚੋਟੀ ਦਾ ਵੀ ਲਾਲਚ ਖਾਤਰ ਲੋਕ ਵਜਾਉਂਦੇ ਧਰਤੀ ਘੱਟੀ ਬਈ ਨੇੜੇ ਨਚੈਨਾ ਵਾਂਗੂ ਕਿਸੇ ਦੀ ਕੋਈ ਗਰੰਟੀ ਨਹੀਂ ਝੂਠ ਦੀ ਨਗਰੀ ਰੋਜ਼ ਵਪਾਰੀ ਉਹ ਲੱਥ ਜਾਂਦਾ ਤੇ ਢਿੱਲੋਆ ਰੀੜ ਦੀ ਹੱਡੀ ਟੁੱਟ ਜੇ ਜਦ ਕੋਈ ਆਪਣਾ ਛੱਡ ਜਾਂਦਾ ਇਹ ਗੱਲ ਜਿਹੜੀ ਸੱਚ ਹੈ ਪਰ ਇੱਧਰ ਬੈਸਟ ਵੀ ਦੱਸਾਂਗੇ ਵੀਰੇ ਬੈਸਟ ਨੂੰ ਐਲਈਡੀਆਂ ਦੀ ਬੱਤੀਆਂ ਚ ਨੰਬਰ ਆਪਣੀ ਟੀਮ ਦੇ ਲਈ ਬੈਸਟ ਵੀ ਦੱਸਾਂਗੇ ਬਣੇ ਰਹੋ ਜੀ 13 ਤੇ 2 ਦੀ ਟੱਕਰ ਹੈ ਇੱਕ ਕੋਚ ਔਨ ਫਾਇਰ ਕੋਚ ਜੋਧਪੁਰੀਆ 3 ਪੁਆਇੰਟਾਂ ਦਾ ਜਿਹੜਾ ਫਰਕ ਹੈ ਬਾਲੀ ਲੈ ਕੇ ਆਓ 3 ਪੁਆਇੰਟਾਂ ਦੀ ਜਿਹੜੀ ਉਹ ਖੇਡ ਬਾਕੀ ਹੈ ਕਿੱਧਰ ਵੀ ਬਾਲ ਵਰਿੰਦਰ ਅਜੇ ਦੇਵਨ ਕੈਥਲ ਬਾਈ ਜੀ ਨੈਕਸਟ ਟੂਰਨਾਮੈਂਟ ਕੱਲ ਨੂੰ ਆ ਜੀ ਬੱਲ ਤੇ ਉਸ ਤੋਂ ਬਾਅਦ 13 ਤਰੀਕ ਨੂੰ ਗੰਗੋਰਾ ਲਓ ਇੱਧਰ ਨੰਬਰ ਮੈਨੂੰ ਲੱਗਦਾ ਵੀ 14 ਤੇ 2 ਦੀ ਟੱਕਰ ਹੈ ਔਰ ਇੱਧਰ ਮੈਚ ਜਿਹੜਾ ਬਹੁਤ ਟੌਪ ਦਾ ਖੇਡਿਆ ਜਾ ਰਿਹਾ ਹੈ ਸਾਹਮਣੇ ਵੇਖ ਵੀਰੇ ਜਿਹੜੀ ਦੁਨੀਆਂ ਦੇ ਵਿੱਚ ਆ ਖੇਡਦੇ ਵੀ ਆਪਣਾ ਮੇਰੇ ਮਿੱਤਰੋ ਇੱਕ ਵੱਖਰਾ ਰੁਤਬਾ ਜਿਹੜਾ ਹਾਸਲ ਕੀਤਾ ਹੋਇਆ ਸਤਿ ਸ੍ਰੀ ਅਕਾਲ ਜੀ ਨੀਰ ਦੇ ਰਾਏਕੋਟੀ ਸਤਿ ਸ੍ਰੀ ਅਕਾਲ ਵੀਰੇ ਦਿਮਾਗੀ ਹੋਵੇਗਾ ਤੇ ਜਿਹੜੇ ਇਸ ਖੇਡ ਦੀ ਕਾਢ ਕੱਢੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਮਲ ਬਾਈ ਤੇ ਕੋਈ ਸ਼ੱਕ ਨਹੀਂ ਔਰ ਆ ਖੇਡ ਦੇ ਕਿੰਨੀ ਵੇਖੋ ਤਰੱਕੀ ਕੀਤੀ ਆ ਨੀਰ ਦੇ ਰਾਏਕੋਟੀ ਰੇੜੀਮੋ ਪਲਾਟ ਵਾਲੇ ਔਰ ਉਹਨਾਂ ਦਾ ਵੀ ਧੰਨਵਾਦ ਆ ਇਧਰ ਨੀਰ ਦੇ ਭਰਾ ਸਾਡਾ ਰਾਏਕੋਟੀ ਉਹ ਵੀ ਕਹਿੰਦੇ ਲਾਈਵ ਜਿਹੜਾ ਹੋਇਆ ਰੇੜੀਮੋ ਪਲਾਟ
ਰੇਡੀਅਮ ਉੱਪਲ ਆਰਟ ਵਾਲੇ ਸਾਡੇ ਵੀਰ ਨੇ ਔਰ ਵੱਡੇ ਮਾਣ ਕੀਤੇ ਮੇਰੇ ਮਿੱਤਰੋ ਜਿਹੜਾ ਰਾਏਕੋਟ ਦੇ ਭਾਈ ਨੇ ਗਿਫਟ ਦੇਤਾ ਬਸ ਖੱਲਾ ਬਾਤਾਂ ਪੰਡੀਆਂ ਨੇ ਦਿਲ ਨੂੰ ਟੱਚ ਕਰ ਗਿਆ ਦਿਲ ਨੂੰ ਆਓ ਸਵਾਦ ਨੰਬਰ 15 ਵਧੀਆ ਵਧੀਆ ਪ੍ਰਦੀਪ ਦਸੌਂਦੀਆਂ ਵਧੀਆ ਯਾਰਾ 15ਵਾਂ ਮੇਰੇ ਮਿੱਤਰੋ 14 ਤੇ 2 ਪੁਆਇੰਟ ਆ ਜੀ 14 ਯੋਧਪੁਰੀਆ ਮੇਰੇ ਮਿੱਤਰੋ ਹਾਲੇ ਫੈਟਾ ਯੋਧਪੁਰੀਏ ਪ੍ਰਦੀਪ ਅੱਜ 14 ਤੱਕ ਓਏ ਨੰਬਰ 15ਵਾਂ ਜੁੜ ਗਿਆ 17 ਦੀ ਗੇਮ ਨੰਬਰ 15ਵਾਂ ਜੁੜ ਗਿਆ ਵੀਰੇ ਜੋਧਪੁਰੀ ਦਾ ਲਾਸਟ ਪੁਆਇੰਟ ਦੱਸਾਂਗੇ ਜੀ ਚਾਰ ਜੁਗ ਹੋਏ ਮੁਬਾਰਕਾ ਬਹੁਤ ਬਹੁਤ ਜੀ ਪ੍ਰਦੀਪ ਦਸੌਂਦੀਆਂ ਫਾਸਟ ਅੱਜ ਕਹਿੰਦਾ ਨਰੋਲ ਚੋਂ ਸੂਰਤੀਆ ਤੋਂ ਮੁਬਾਰਕਾ ਜੀ ਪ੍ਰਦੀਪ ਜੀ ਰੈਕੋਟ ਹਰ ਗਈ ਸੀ ਵੀਰ ਜਿਵੇਂ ਰੈਕੋਟ ਹਰ ਗਈ ਜੀ ਰੈਕੋਟ ਅੱਜ ਕਿਹਨੂੰ ਹਰ ਗਈ ਸੀ ਬਾਬੇ ਲਗਾਣੇ ਨੇ ਬੜਸਿਕਰੀ ਨੂੰ ਹਰ ਗਈ ਸੀ ਰੈਕੋਟ ਛੋਟੂ ਮਾਜਰੇ ਨੂੰ ਬਈ ਸਹੀ ਹੈ ਸਹੀ ਹੈ ਚੌਧਰੀ ਜਾਟ ਰਾਮ ਬਾਈ ਜੀ ਜਿਹਦੇ ਸਵਰਗ ਦੇ ਦਰਵਾਜ਼ੇ ਨੂੰ ਤਿੰਨ ਤਿੰਨ ਲੋਕੀ ਕਹਿੰਦੇ ਚਾਰ ਯੁੱਗ ਹੋਏ ਪੰਜ ਤੀਰ ਇਧਰ ਨੰਬਰ ਲਾਸਟ ਹੀ ਆ ਨਾ ਵੀ ਨੰਬਰ ਲਾਸਟ ਆ ਬੇਦਰੀ ਓਕੇ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਆ ਇਧਰ ਨੰਬਰ ਜਿਹੜਾ ਲਾਸਟ ਦਾ ਮੈਚ ਬਹੁਤ ਸਿਰੇ ਦਾ ਵੀਰਾਂ ਨੇ ਟੂਰਨਾਮੈਂਟ ਕਰਵਾ ਦਿੱਤਾ ਮੇਰੇ ਮਿੱਤਰੋ ਪ੍ਰਬੰਧ ਭਰਾਵਾਂ ਨੇ ਆਪਾਂ ਕਹਿ ਦਈਏ ਵੀ ਬਹੁਤ ਚੋਟੀ ਦੇ ਕੀਤੇ ਕਈ ਬੁਲਾਰੇ ਬੋਲਦੇ ਆ ਵੀ ਲੰਗਰ ਦੇ ਚਿੱਪ ਕੱਢੇ ਤੇ ਮੈਂ ਨਹੀਂ ਕਹਿੰਦਾ ਵੀ ਲੰਗਰ ਦੇ ਚਿੱਪ ਕੱਢੇ ਆ ਔਰ ਲੰਗਰ ਬਹੁਤ ਵੱਡੀ ਚੀਜ਼ ਹੈ ਸ਼ਮਲ ਬਾਈ ਤੁਹਾਨੂੰ ਪਤਾ ਵੀ ਆਪਾਂ ਲੰਗਰ ਦੇ ਚਿੱਪ ਕਿਵੇਂ ਕੱਢ ਸਕਦੇ ਹਾਂ ਠੀਕ ਹੈ ਬੁਲਾਰੇ ਬੋਲ ਦਿੰਦੇ ਆ ਔਰ ਲੰਗਰ ਪਾਣੀ ਦਾ ਪ੍ਰਬੰਧ ਮੁੰਡੇ ਨੇ ਚਾਹ ਦਾ ਪ੍ਰਬੰਧ ਬਾਕੀ ਕਾਬਲੇ ਤਾਰੀਫ ਕੀਤਾ ਦੋਸਤੋ ਔਰ ਵੀਰਾਂ ਦਾ ਦਿਲੋਂ ਧੰਨਵਾਦ ਆ ਇਹ ਚਰਚੇ ਜਿਹੜੇ ਹੋਏ ਆ ਪਰ ਸਾਹਮਣੇ ਨੰਬਰ ਇੱਧਰ ਜੁੜਦੇ ਜਾ ਰਹੇ ਨੇ ਔਰ ਲਾਸਟ ਕੰਪੈਂਟਾਂ ਦੀ ਖੇਡ ਜਿਹੜੀ ਉਹ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਵੀ ਜਿੱਤਾਂ ਹਾਰਾਂ ਦੇ ਦਾ ਫੈਸਲੇ ਔਰ ਧੂਰੇ ਜਾਰੋ ਰਹਿਣਗੇ ਚੱਲਦਾ ਇਹ ਮੈਚ ਇਹ ਪਟਾਕੇ ਪੂਰੇ ਪੈਣਗੇ ਮਾਰ ਦੇਣਾ ਡੰਗ ਗੰਡੋਏ ਜਾਂ ਮੜੱਪ ਮਿੱਤਰੋ ਨਿਕਲਣਗੇ ਨਾਗਾ ਚੋਂ ਖੜੱਪੇ ਸੱਪ ਮਿੱਤਰੋ ਕੁਛ ਨਹੀਂ ਕੁਛ ਕਰਦੇ ਤੇ ਬੰਦੇ ਦੇਖ ਪੀ ਕਹਿੰਦਾ ਕੁਲਦੀਪ ਵਰਮਾ ਨੰਬਰ ਇਧਰ ਲਾਸਟ ਹੈ ਇਹ ਚੰਗ ਜਿਹੜਾ ਹੱਸੀ ਜਾਂਦਾ ਅੱਜ ਤੋਂ ਸੁੱਖਣਾ ਬਹੁਤ ਖੁਸ਼ ਹੈ ਬਾਬੇ ਨਾਨਕ ਦੀ ਕਿਰਪਾ ਔਰ ਮਿਹਨਤ ਕੀਤੀ ਦਾ ਮੁੱਲ ਲੈ ਉਹ ਅਰਸ਼ ਵੀ 80 ਵਾਲਾ ਹੈਪੀ 80 ਦਾ ਅਸਰ ਸਰਵਨ ਘੋਰ ਵਾਲਾ ਉਹ ਵੀ ਲਾਈਵ ਜਿਹੜਾ ਹੋਇਆ ਹੁੰਦਾ ਕਹਿੰਦੇ ਮੇਰੇ ਮਿੱਤਰੋ ਪੰਡਤਾਂ ਦਾ ਇਹ ਚਰਚੇ ਦੁਨੀਆ ਦੇ ਵਿੱਚ ਨੌਜਵਾਨਾਂ ਵੀਰ ਸਾਡੀ ਜ਼ਿੰਦਗੀ ਦਾ ਮਾਣ ਬਹੁਤ ਸਤਿਕਾਰਯੋਗ ਵੀਰ ਭਰਾ ਸਾਡਾ ਔਰ ਦਵਾਵਾਂ ਨੇ ਸਾਡੀ ਜ਼ਿੰਦਗੀ ਦੇ ਰੰਗਲੇ ਸੱਜਣ ਦੇ ਲਈ ਇੱਧਰ ਸਿਰੇ ਦੀ ਟੱਕਰ ਜਿਹੜੀ ਗਰਾਊਂਡ ਦੇ ਵਿੱਚ ਹੈ ਦਿਲ ਖੁਸ਼ ਕਰਤਾ ਬਾਈ ਕਹਿੰਦੇ ਅਰਸ਼ ਐਂ ਕਹਿੰਦਾ ਤਾਂ ਹੱਸਦਿਆ ਸਵੇਰੇ ਚੈੱਕ ਕਰਕੇ ਦੱਸੂਗਾ ਨਾ ਕੀ ਕਹਿੰਦਾ ਮਨੂ ਕਹਿੰਦਾ ਬਰਨਾਲੇ ਵਾਲਾ ਅੱਛਾ ਅਪੇ ਦੀ ਹਾਂ ਵੀ ਵੀ ਤੂੰ ਕਣਕ ਨੂੰ ਨਹੀਂ ਜਾਣਦੀ ਤੂੰ ਨਰਮੇ ਨੂੰ ਨਹੀਂ ਜਾਣਦੀ ਆ ਦੇਖ ਲੈ ਕਹਿੰਦਾ ਤੈਨੂੰ ਕੋਈ ਮੈਸਰ ਖਾਣੇ ਵਾਲਾ ਨਹੀਂ ਕਹਿੰਦਾ ਪ੍ਰਦੀਪ ਕਹਿੰਦਾ ਵਿਖਾਉਂਦੀ ਵਾਲਾ ਅੱਛਾ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਹੈ ਔਰ ਦਿਲੋਂ ਦਵਾਵਾਂ ਨੇ ਭਰਾ ਦੇ ਲਈ ਇੱਧਰ ਪ੍ਰਦੀਪ ਸਾਡਾ ਬੜਾ ਪਿਆਰਾ ਤੇ ਸਤਿਕਾਰਯੋਗ ਵੀਰ ਆ ਦਸੌਂਦੀਆਂ ਪਿੰਡ ਤੇ ਉਹ ਵੀ ਲਾਈਵ ਜੁੜਿਆ ਹੋਇਆ ਬੜਾ ਪਿਆਰਾ ਤੇ ਸਤਿਕਾਰਯੋਗ ਵੀਰ ਆ ਔਰ ਚਰਚੇ ਉਹਦੇ ਵੀ ਕਹਿੰਦੇ ਦੁਨੀਆਂ ਦੇ ਵਿੱਚ ਵੱਡੇ ਆ ਉਹਨੇ ਵੀ ਆਲ ਉੱਪਣ ਦੇ ਵੱਡੇ ਵੱਡੇ ਮੇਲੇ ਜਿੱਤ ਕੇ ਬਹੁਤ ਨੌਜਵਾਨਾਂ ਇਤਿਹਾਸ ਰਚੇ ਹੋਏ ਆ ਕਿਵੇਂ ਸੂਰਤੀਆ ਤੋਂ ਨਰੋਲ ਜਿੱਤ ਗਿਆ ਪ੍ਰਦੀਪ ਓਕੇ ਜੀ ਓਕੇ ਵਾਹ ਇਹ ਤੇ ਪਾਰਟੀ ਤੇ ਬਣਦੀ ਹੈ ਨੌਜਵਾਨਾਂ ਇੱਥੇ ਰੱਖ
ਲਓ ਜੀ ਵੀਰੇ ਜੋਧਪੁਰੀਆ ਫਾਸਟ ਸੈਕਿੰਡ ਬੜਸੀਕਰੀ ਬੈਸਟ ਵੀ ਦੱਸਾਂਗੇ ਵੀਰੇ ਬੜਸੀਕਰੀ ਫਾਸਟ ਸੋਰੀ ਜੋਧਪੁਰੀਆ ਫਾਸਟ ਬੜਸੀਕਰੀ ਸੈਕਿੰਡ ਕੋਚ ਨੂੰ